ਸਵਾਗਤ ਹੈ ਜੀ ਸਾਰਿਆਂ ਦਾ ਮੈਕਸ ਸੋਰਸੀਸ ਦੇ ਆਨਲਾਈਨ ਪਲੈਟਫਾਰਮ ਦੇ ਉੱਤੇ ਆਪਾਂ ਜਿਹੜੀਆਂ ਹੈਗੀਆਂ ਤੁਹਾਡੀਆਂ ਕੈਂਬ੍ਰਿਜ ਦੀਆਂ ਰੀਡਿੰਗਸ ਡਿਸਕਸ ਕਰ ਰਹੇ ਹਾਂ ਸੋ ਏਸੀ ਸੀਰੀਜ਼ ਦੇ ਵਿੱਚ ਟੁਡੇ ਵਗੈਰਾ ਟਾਕ ਅਬਾਊਟ ਕੈਂਬ੍ਰਿਜ 14 ਦੀ ਰੀਡਿੰਗ ਆਪਾਂ ਡਿਸਕਸ ਕਰ ਰਹੇ ਹਾਂ ਥਰਡ ਰੀਡਿੰਗ ਆਈ ਗੈਸ ਸੈਕੰਡ ਪਾਰਟ ਹੈਗਾ ਓਕੇ ਸੋ ਰੀਡਿੰਗ ਨੂੰ ਸਾਰੇ ਨੂੰ ਧਿਆਨ ਨਾਲ ਦੇਖਣਾ ਹੈਗਾ ਤੇ ਐਂਡ ਤੱਕ ਰੀਡਿੰਗ ਦੇ ਨਾਲ ਬਨੇ ਰਹਿਣਾ ਕਿਉਂਕਿ ਐਂਡ ਦੇ ਵਿੱਚ ਆਈ ਏਮ ਗੋਇੰਗ ਟੂ ਗਿਵ ਸਮ ਫਿਊ ਯੂ نو ਰੀਲੀ ਸਪੈਸ਼ਲ ਟਿਪਸ ਫਰੋਮ ਥਿਸ ਰੀਡਿੰਗ ਤਾਂ ਕਿ ਤੁਹਾਨੂੰ ਪਤਾ ਲੱਗੇ ਤੁਸੀਂ ਟਾਈਮ ਕਿਦਾਂ ਸੇਵ ਕਰਨਾ ਹੈ ਤੇ ਤੁਸੀਂ ਕੀਵਰਡ ਕਿਦਾਂ ਫਾਈਂਡ ਕਰਨੇ ਆ ਸੋ ਲੈਟਸ ਗੈਟ ਸਟਾਰਟਡ ਸੋ ਆਪਣੀ ਅਸੀਂ ਰੀਡਿੰਗ ਹੈਗੀ ਆ ਸੇਵਿੰਗ ਬਾਕਸ ਟੂ ਫਾਈਂਡ ਨਿਊ ਡਰੱਗਸ ਤਾਂ ਹੁਣ ਆਪਣੇ ਕੋਲੇ ਆਪਾਂ ਬਾਕਸ ਨੂੰ ਜਿਹੜਾ ਹੈਗਾ ਬਾਕਸ ਕੀ ਹੋਗੇ ਆਪਣੇ ਕੋਲੇ ਕੀੜੇ ਮਕੌੜੇ ਠੀਕ ਆ ਤਾਂ ਬੇਸਿਕਲੀ ਆਪਾਂ ਕੀ ਕਰਨਾ ਹੈ ਕੀੜੇ ਮਕੌੜਿਆਂ ਨੂੰ ਸੇਵ ਕਰਨਾ ਹੈ ਟੂ میک অর ਟੂ ਫਾਈਂਡ ਨਿਊ ਡਰੱਗਸ ਨਵੀਆਂ ਦਵਾਈਆਂ ਬਣਾਉਣ ਵਾਸਤੇ ਓਕੇ ਇਥੇ ਡਰੱਗਸ ਨਸ਼ੇ ਨਹੀਂ ਹੈਗੇ ਠੀਕ ਹੈ ਦਵਾਈ ਬਣਾ ਰਹੇ ਆਪਾਂ ਸੋ ਆ ਜੀਓਲੋਜਿਸਟ ਰਾਸ ਪਾਈਪਰ ਲੁਕਸ ਐਟ ਦਾ ਪੋਟੈਂਸ਼ੀਅਲ ਆਫ ਇਨਸੈਕਟਸ ਇਨ ਫਾਰਮਾਸੋਟਿਕਲ ਰਿਸਰਚ ਤਾਂ ਹੁਣ ਮੈਡੀਸਨਲ ਰਿਸਰਚ ਦੀ ਆਪਾਂ ਗੱਲ ਕਰ ਰਹੇ ਆਂ ਤੇ ਪੋਟੈਂਸ਼ੀਅਲ ਕੀ ਹੈਗਾ ਇਹਦੀ ਕੀ ਆਪਾਂ ਕਹਿ ਸਕਦੇ ਆਂ ਕੀ ਇਹਦੇ ਤੋਂ ਫਾਈਂਡਸ ਹੋ ਸਕਦੇ ਆ ਕਿ ਇਹਦਾ ਸਕੋਪ ਆ ਪੋਟੈਂਸ਼ੀਅਲ ਇਸ ਬੇਸਿਕਲੀ ਸਕੋਪ ਤਾਂ ਉਹ ਕਹਿੰਦੇ ਕਿ ਇਹ ਕੋਈ ਜੀਓਲੋਜਿਸ ਬੰਦੇ ਨੇ ਪੇਪਰ ਪਬਲਿਸ਼ ਕੀਤਾ ਆ ਤੇ ਉਹਨੇ ਦੱਸਿਆ ਆ ਕਿ ਕੀ ਸਕੋਪ ਹੈਗਾ ਇਨਸੈਕਟਸ ਤੋਂ ਫਾਰਮਾਸੋਟੀਕਲ ਡਰੱਗਸ ਨੂੰ ਫਿਗਰ ਆਊਟ ਕਰਨ ਦਾ ਸਭ ਤੋਂ ਪਹਿਲਾਂ ਆਪਾਂ ਮੂਵ ਕਰਦੇ ਆ ਜੀ ਇਹਨਾਂ ਦੇ ਕੁਐਸਚਨਸ ਦੇ ਉੱਤੇ ਸੋ ਆਪਣੇ ਕੋਲੇ ਸੌਰੀ ਆਪਣੇ ਕੋਲੇ ਇਹਦੇ ਕੁਐਸਚਨਸ ਹੈਗੇ ਆ ਥਰਡ ਪੈਰਾਗ੍ਰਾਫ ਦੇ ਅੰਦਰ ਦੇ ਟਾਕਿੰਗ ਓ ਮਾਈ ਗੋਡ ਕਾਫੀ ਲੰਬਾ ਆ ਹੂੰ so here we are so first hai gi aa tade kole which paragraph contains the following information ta hun tusi dekho itthe apan ek paragraph dasna hega jide ch information contain hai repetition ho sakdi hundi hai itthe ek pare ch do gallan vi kaiyan ho sakdiyan theek aa ta hun apne kole first of all inna nu hun apan nu saryan nu read karna paina hai ਤੇ ਇਥੋਂ ਕੀਵਰਡਸ ਲੈ ਕੇ ਜਾਣੇ ਪੈਣੇ ਆ ਦਿਮਾਗ ਦੇ ਵਿੱਚ ਤਾਂ ਕਿ ਅਸੀਂ ਉਹਨਾਂ ਨੂੰ ਯਾਦ ਰੱਖ ਸਕੀਏ ਵੈਨ ਵੀ ਆਰ ਲੁਕਿੰਗ ਇਨਟੂ ਪੈਰਾਗ੍ਰਾਫਸ ਫਰਸਟ ਹੈਗਾ ਮੈਂਸ਼ਨ ਦਾ ਫੈਕਟਰ ਹੁਣ ਮੈਂਸ਼ਨ ਆਫ ਫੈਕਟਰਸ ਆ ਮਤਲਬ ਮੋਰ ਥੈਨ 1 ਫੈਕਟਰ ਦੀ ਉਹਨਾਂ ਨੇ ਗੱਲ ਕੀਤੀ ਆ ਉਹ ਕਹਿੰਦੇ ਕਿ ਤੇ ਮੈਂਸ਼ਨ ਕੀਤਾ ਆ ਆਫ ਫੈਕਟਰਸ ਡਰਾਈਵਿੰਗ ਅ ਰੈਨਾਉਂਡ ਇੰਟਰਸਟ ਇਨ ਨੈਚੁਰਲ ਮੈਡੀਕਲ ਮੈਡੀਸ਼ਨਲ ਕੰਪਾਊਂਡ ਰੀਨਿਊਡ ਇੰਟਰਸਟ ਸੌਰੀ ਰੀਨਿਊਡ ਕਿਹੜਾ ਹੋ ਗਿਆ ਜਿਹੜਾ ਦੁਬਾਰਾ ਜਨਰੇਟ ਹੋ ਗਿਆ ਇੰਟਰਸਟ ਠੀਕ ਹੈ ਰੀਨਿਊ ਕਰਵਾ ਲਿਆ ਜਿੱਦ ਤ ਆਪਾਂ ਕਹਿੰਦੇ ਆ ਰੀਨਿਊ ਕਰਵਾ ਲੋ ਇਹ ਚੀਜ਼ ਨੂੰ ਤਾਂ ਬੇਸਿਕਲੀ ਕੀ ਹੋਇਆ ਲੋਕਾਂ ਦਾ ਇੰਟਰਸਟ ਦੁਬਾਰਾ ਤੋਂ ਜਾਗ ਗਿਆ ਆ ਕਾਦੇ ਵਿੱਚ ਆਮ ਫੈਕਟਰਸ ਦੱਸਣੇ ਹੈਗੇ ਆ ਕਾਦੇ ਗੱਲ ਕਰ ਰਹੇ ਆ ਆਪਾਂ ਇਨਸੈਕਟਸ ਦੇ ਉੱਤੇ ਜਿਹੜਾ ਹੈਗਾ ਟੈਸਟਿੰਗ ਕਰਨ ਦਾ ਜਾਂ ਇਨਸੈਕਟ ਤੇ ਡਿਪੈਂਡ ਕਰਨ ਦਾ ਫਾਰਮ ਫਾਈਂਡਿੰਗ ਦਾ ਡਰੱਗਸ ਦੇ ਉਹ ਉਹਦੇ ਫੈਕਟਰਸ ਉਹਦੇ ਕਾਰਨ ਕੀ ਸੀਗੇ ਉਥੇ ਕਿਤੇ ਪੈਰੇ ਚ ਕਾਰਨ ਮੈਂਸ਼ਨ ਕੀਤੇ ਹੋਇਆ ਕਿ ਦੁਬਾਰਾ ਲੋਕਾਂ ਦਾ ਇੰਟਰਸਟ ਕਿਉਂ ਆ ਗਿਆ ਇਸ ਚੀਜ਼ 'ਚ ਹਾਊ ਰੀਸੈਂਟ ਟੈਕਨੋਲੋਜੀਕਲ ਐਡਵਾਂਸਸ ਹਵ ਮੇਡ ਇਨਸੈਕਟ ਰਿਸਰਚ ਈਜ਼ੀਅਰ ਹੁਣ ਤੁਹਾਡੇ ਕੋਲੇ ਕੀਵਰਡ ਕੀ ਆ ਰੀਸੈਂਟ ਟੈਕਨੋਲੋਜੀਕਲ ਐਡਵਾਂਸਮੈਂਟ ਜੀਨੇ ਸਾਡੀ ਰਿਸਰਚ ਕੀ ਕਰਦੀ ਆ ਈਜ਼ੀਅਰ ਬੇਸਿਕਲੀ ਆਪਾਂ ਰਿਸਰਚ ਦੀ ਹੀ ਗੱਲ ਕਰ ਰਹੇ ਆ ਪੋਟੈਂਸ਼ੀਅਲ ਸਕੋਪ ਰਿਸਰਚ examples of animal which use medicinal substances from nature examples of animals medicinal substances nature medicinal substances nu use kar rahe hai nature ton unna di examples di gal kiti hai reasons why it is challenging to use insects in drug research reasons kaade challenging kyon hega ਸਾਨੂੰ ਪਤਾ ਗੱਲ ਸਾਰੀ ਪੈਰੇ ਦੇ ਉੱਤੇ ਇਨਸੈਕਟਸ ਦੀ ਹੋ ਰਹੀ ਆ ਚੈਲੈਂਜਿੰਗ ਕਿਉਂ ਆ ਇਨਸੈਕਟਸ ਨੂੰ ਯੂਜ਼ ਕਰਨਾ ਡਰਗ ਰਿਸਰਚ ਦੇ ਵਿੱਚ ਉਹਦੇ ਕੀ ਦਿੱਤੇ ਆ ਰੀਜਨਸ ਇੱਕ ਤੋਂ ਜ਼ਿਆਦਾ ਹੋਣਗੇ ਰੈਫਰੈਂਸ ਟੂ ਹਾਊ ਇੰਟਰਸਟ ਇਨ ਡਰਗ ਰਿਸਰਚ ਮੇ ਬੈਨੀਫਿਟ ਵਾਈਲਡ ਲਾਈਫ ਹੁਣ ਇੱਥੇ ਆਪਣਾ ਕੀਵਰਡ ਕੀ ਆ ਹਾਊ ਬੈਨੀਫਿਟ ਵਾਈਲਡ ਲਾਈਫ ਹਾਊ ਇਟ ਬੈਨੀਫਿਟ ਵਰਲਡ ਲਾਈਫ ਰਿਸਰਚ ਦੀ ਆਪਾਂ ਸਾਰੇ ਪਹਿਲੇ ਚ ਗੱਲ ਕੀਤੀ ਆ ਰਿਸਰਚ ਵਰਡ ਹੁਣ ਤੁਹਾਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਆ ਤਾਂ ਹਾਊ ਇਟ ਮੇ ਬੈਨੀਫਿਟ ਵਾਈਲਡ ਲਾਈਫ ਅ ਰੀਜ਼ਨ ਵਾਈ ਨੇਚਰ ਬੇਸਡ ਮੈਡੀਸਨਲ ਫੈਲ ਆਊਟ ਆਫ ਫੇਵਰ ਫਾਰ ਅ ਪੀਰੀਅਡ ਹੁਣ ਅਗੇਨ ਰੀਜ਼ਨ ਹੈਗਾ ਕਿਉਂ ਫੈਲ ਆਊਟ ਆਫ ਫੇਵਰ ਹੋ ਗਿਆ ਕਿਉਂ ਇੱਕ ਪੀਰੀਅਡ ਦੇ ਲਈ ਇਹਨਾਂ ਚੋਂ ਲੋਕਾਂ ਦਾ ਇੰਟਰਸਟ ਖਤਮ ਹੋ ਗਿਆ ਫੈਲ ਆਊਟ ਆਫ ਰਾਈਟ an example of an insect derived medicine used at uh, moment insect derived medicine derived ਦਾ ਕੀ ਮਤਲਬ ਹੈ ਰਾਜੇ ਜਿਹੜੀ insect ਤੋਂ ਬਣਾਈ ਗਈ ਆ ਤੇ ਕਿੱਥੇ ਯੂਜ਼ ਹੋ ਰਹੀ ਆ ਐਟ ਦਾ ਮੋਮੈਂਟ right now we have been using this medicine for some purposes ਤਾਂ ਉਹਦੀ ਕਿਤੇ ਐਗਜ਼ਾਮਪਲ ਦਿੱਤੀ ਹੋਗੀ ਤਾਂ ਹੁਣ ਮੈਂ ਓਵਰਆਲ ਦੇਖਾਂ ਫੈਕਟਰਸ ਰਿਨਾਉਂਡ ਇੰਟਰਸਟ ਦੇ ਟੈਕਨੋਲੋਜੀਕਲ ਐਡਵਾਂਸਮੈਂਟ ਰਿਸਰਚ ਜਿਹਨੇ ਈਜ਼ੀ ਕਰਤੀ ਆ ਐਗਜ਼ੈਂਪਲ ਐਨੀਮਲ ਦੀਆਂ ਕਿੱਥੇ ਨੇਚਰ ਦੇ ਵਿੱਚ ਜਿਹੜੇ ਨੂੰ ਯੂਜ਼ ਕਰ ਰਹੇ ਆ ਰੀਜ਼ਨਸ ਚੈਲੈਂਜਿੰਗ ਕਿਉਂ ਹੈਗਾ ਇਹ ਰਿਸਰਚ ਕਰਨਾ ਰੈਫਰੈਂਸ ਹਾਉ ਜਿਹੜਾ ਇੰਟਰਸਟ ਹੈਗਾ ਇਹ ਕੀ ਹੋ ਗਿਆ ਸੀਗਾ ਬੈਨੀਫਿਟ ਕਰੂਗਾ ਵਾਈਲਡ ਲਾਈਫ ਨੂੰ ਫਿਰ ਆਪਣੇ ਕੋਲੇ ਕਾਰਨ ਇਹਦੇ ਚੋਂ ਇੰਟਰਸਟ ਲੋਕਾਂ ਦਾ ਇੱਕ ਪੀਰੀਅਡ ਲਈ ਖਤਮ ਕਿਉਂ ਹੋ ਗਿਆ ਸੀ ਐਗਜ਼ੈਂਪਲ ਕਿਸੇ ਮੈਡੀਸਨ ਦੀ ਇਨਸੈਕਟ ਡਰਾਈਵਡ ਹੁਣ ਜਿਹੜੀ ਵੀ ਮੈਡੀਸਨ ਆਉਗੀ ਉਹ ਇਨਸੈਕਟ ਡਰਾਈਵਡ ਹੀ ਦੱਸਣਗੇ ਆਪਾਂ ਦੱਸਣਾ ਉਹਨੂੰ ਯੂਜ਼ ਕਿੱਥੇ ਕੀਤਾ ਜਾ ਰਿਹਾ ਤਾਂ ਆਪਣੇ ਕੋਲੇ ਆ ਸਾਰੀਆਂ ਗੱਲਾਂ ਨੇ ਦੋ ਦੋ ਵਰਡ ਤੁਹਾਨੂੰ ਧਿਆਨ ਚ ਰੱਖਣੇ ਆ ਤੁਹਾਨੂੰ ਸਾਰੇ ਕੁਐਸਚਨ ਯਾਦ ਆ ਤੁਹਾਡੇ ਰਿਮਾਈਂਡ ਚ ਬੈ ਗਿਆ ਜਦੋਂ ਵੀ ਤੁਸੀਂ ਇਹਦੇ ਕ੍ਰੋਸ ਆਉਂਗੇ ਯੂ ਵਿਲ ਨੋ ਥੈਟ ਆਈ ਨੀਡ ਟੂ ਫਿਗਰ ਦਿਸ ਥਿੰਗ ਆਊਟ ਅੱਗੇ ਆ ਗਏ ਆਪਾਂ ਦੋ ਲੈਟਰਸ ਦੱਸਣੇ ਆ A ਟੂ E ਕੁਐਸਚਨ ਕੀ ਕਹਿੰਦਾ ਆ ਚੂਜ਼ ਟੂ ਲੈਟਰਸ A ਟੂ E ਵਿਚ ਆਫ ਟੂ ਫਾਲੋਇੰਗ ਮੇਕ ਇਨਸੈਕਟ ਇੰਟਰਸਟਿੰਗ ਹੁਣ ਦੇਖੋ ਮੇਕ ਇਨਸੈਕਟ ਇੰਟਰਸਟਿੰਗ ਕੀੜੀਆਂ ਦੋ ਗੱਲਾਂ ਨੇ ਜਿੰਨਾ ਕਰਕੇ ਇਨਸੈਕਟ ਦੇ ਵਿੱਚ ਸਾਡਾ ਇੰਟਰਸਟ ਆ ਕਾ ਦੇ ਵਾਸਤੇ ਡਰਗ ਡਵੈਲਪਮੈਂਟ ਵਾਸਤੇ ਸੋ ਹੁਣ ਦੇਖਦੇ ਆ ਕਿਹੜੀ ਗੱਲ ਹੈਗੀ ਆ ਹਿਊਜ ਨੰਬਰ ਆਫ ਇੰਡੀਵਿਜੁਅਲ ਇਨਸੈਕਟ ਇੰਡੀਵਿਜੁਅਲ ਮਤਲਬ ਹਰ ਤਰ੍ਹਾਂ ਦੇ ਇੱਕ ਸਪੀਸੀਸ ਹੈਗੀ ਆ ਮੰਨ ਲਓ ਮੈਂ ਹਨੀਬੀਜ਼ ਦੀ ਗੱਲ ਕਰ ਰਹੀ ਹੂੰ ਬਹੁਤ ਜ਼ਿਆਦਾ ਨੇ ਠੀਕ ਆ ਐਂਟਸ ਨੇ ਬਹੁਤ ਜ਼ਿਆਦਾ ਨੇ ਇੰਡੀਵਿਜੁਅਲ ਸਪੀਸੀਸ ਦੀ ਗੱਲ ਕਰ ਰਹੀ ਹੂੰ ਮਿਲੀਪੀਡਸ ਨੇ ਸੈਂਟਰੀਪੀਡਸ ਨੇ ਹਰ ਸਪੀਸੀਜ਼ ਦੀ ਗੱਲ ਕਰਨੀ ਨੂੰ ਮੈਂ ਵੈਰਾਈਟੀ ਆਫ ਸਬਸਟੈਂਸਸ ਇਨਸੈਕਟਸ ਹੈਵ ਡਿਵੈਲਪਡ ਟੂ ਪ੍ਰੋਟੈਕਟ ਥੈਮਸੈਲਵਜ਼ ਵੈਰਾਈਟੀ ਆਫ ਸਬਸਟੈਂਸਸ ਬਹੁਤ سارے ਸਬਸਟੈਂਸਸ ਜਿਹੜੇ ਇਨਸੈਕਟਸ ਨੇ ਡਰਾਈਵ ਕਰ ਲਏ ਆ ਕਾਦੇ ਵਾਸਤੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਦਾ ਪੋਟੈਂਸ਼ੀਅਲ ਟੂ ਐਕਸਟ੍ਰੈਕਟ ਐਂਡ ਮੇਕ ਯੂਜ਼ ਆਫ ਇਨਸੈਕਟ ਜੈਨੇਟਿਕ ਕੋਡ ਜੈਨੇਟਿਕ ਕੋਡ ਆਪਾਂ ਕਿਹਨੂੰ ਕਹਨੇ ਆ ਰਾਜੇ ਤੁਹਾਡੇ ਡੀਐਨਏ ਨੂੰ ਠੀਕ ਹੈ ਹੁਣ ਕੀ ਹੈਗੀ ਆ ਅਸੀਂ ਕੀ ਕਹਿ ਰਹੇ ਆ ਸਾਡੇ ਕੋਲੇ ਪੋਟੈਂਸ਼ੀਅਲ ਹੈ ਸਕੋਪ ਹੈਗਾ ਸਾਡੇ ਕੋਲੇ ਪੋਸਿਬਿਲਟੀ ਹੈਗੀ ਆ ਕਾਦੀ ਪੋਸਿਬਿਲਟੀ ਹੈਗੀ ਆ ਅਸੀਂ ਇਸਟ੍ਰੈਕਟ ਕਰ ਸਕਦੇ ਆ ਤੇ ਯੂਜ਼ ਕਰ ਸਕਦੇ ਆ ਡੀਐਨਏ ਇਹਨਾਂ ਇਨਸੈਕਟਸ ਦਾ ਫਾਰ ਮੇਕਿੰਗ ਡਰੱਗਸ ਦ ਸਿਮਿਲੈਰਿਟੀ ਬਿਟਵੀਨ ਡਿਫਰੈਂਟ ਸਪੀਸੀਜ਼ ਹੁਣ ਆਪਣੇ ਕੋਲੇ ਕੀਵਰਡ ਕੀ ਆ ਸਿਮਿਲੈਰਿਟੀ ਕਾਦੇ ਚ ਡਿਫਰੈਂਟ ਸਪੀਸੀਜ਼ ਅ ਮੈਨੇਜੇਬਲ ਸਾਈਜ਼ ਆਫ ਮੋਸਟ ਇਨਸੈਕਟ ਮੈਨੇਜੇਬਲ ਸਾਈਜ਼ ਮਤਲਬ ਜਿਹੜਾ ਆਪਾਂ ਮੈਨੇਜ ਕਰ ਸਕਦੇ ਆ ਹੁਣ ਦੇਖੋ ਆਪ ਪੁਆਇੰਟ ਨੂੰ ਤਾਂ ਮੈਂ ਦੇਖਦੇ ਹੀ ਕੱਟ ਸਕਦੇ ਹੂੰ ਮੈਨੇਜੇਬਲ ਸਾਈਜ਼ ਕਿਦਾਂ ਬਹੁਤ ਸਾਰੇ ਇਨਸੈਕਟਸ ਜਿਹੜੇ ਆ ਉਹ ਬਹੁਤ ਸਮਾਲ ਸਾਈਜ਼ ਦੇ ਹੁੰਦੇ ਆ ਹਨਾ ਤੁਸੀਂ ਆਪਣੇ ਆਸ-ਪਾਸ ਕੀੜੀਆਂ ਮਕੌੜੀਆਂ ਕਿੰਨਾ ਕੁਝ ਦੇਖਦੇ ਆਪਾਂ ਸਮ ਆਫ ਥੈਮ ਕੈਨ ਬੀ ਵੈਰੀ ਰੀਲੀ ਰੀਲੀ ਸਮਾਲ ਤੇ ਉਹਨਾਂ ਦਾ ਸਾਈਜ਼ ਮੈਨੇਜੇਬਲ ਨਹੀਂ ਹੈਗਾ ਉਹ ਬਹੁਤ ਛੋਟਾ ਆ ਕਾਕਰੋਚ ਨੂੰ ਕੰਪੇਅਰ ਕਰੋ ਤੁਸੀਂ ਕਿਸੇ ਵੀ ਨਿੱਕੇ ਜੀ ਕੀੜੇ ਨਾਲ ਹਨਾ ਤਾਂ कॉक्रूच ਦਾ ਸਾਈਜ਼ ਮੈਨੇਜੇਬਲ ਹੈ ਗੈਟਸ ਆਨ ਪੁਆਇੰਟ ਬਟ ਜਿਹੜਾ ਬਹੁਤ ਛੋਟਾ ਆ ਮੰਨ ਲਓ ਸੈਂਟਰੀਪੀਡ ਦੀ ਗੱਲ ਕੀਤੀ ਉਹਦਾ ਸਾਈਜ਼ ਮੈਨੇਜੇਬਲ ਨਹੀਂ ਹੈਗਾ ਤਾਂ ਆਹ ਵਾਲਾ ਪੁਆਇੰਟ ਤੇ ਮੈਂ ਦੇਖ ਨਹੀਂ ਘਟਦੇਣਾ ਕਿ ਇਹ ਤਾਂ ਪੋਸੀਬਲ ਹੀ ਨਹੀਂ ਆ ਹੈ ਨਾ ਕਾਮਨ ਸੈਂਸ ਨੈਕਸਟ ਆ ਗਿਆ ਆਪਣੇ ਕੋਲੇ ਫਿਲ ਇਨ ਦਾ ਬਲੈਂਕ ਹੈਗੀਆਂ ਰਾਜੇ ਵਨ ਵਰਡ ਦੇ ਵਿੱਚ ਹੁਣ ਆਪਾਂ ਇੱਥੇ ਸਿਰਫ ਇਹਨਾਂ ਦੇਖਣਾ ਆ ਕੀਵਰਡ ਲੱਭਣੇ ਆ ਤੇ ਬਸ ਉਹਨੂੰ ਧਿਆਨ ਚ ਰੱਖਣਾ ਸਾਰੀਆਂ ਫਿਲ ਇਨ ਦਾ ਬਲੈਂਕ ਪੜ੍ਹਨੀਆਂ ਨਹੀਂ ਹੈਗੀਆਂ ਕੀਵਰਡ ਕੀ ਆ ਰੋਸ ਪਾਈਪਰ ਐਂਡ ਫੈਲੋ ਜੀਓਲੋਜੀਸਟ ਐਟ Aberstwenn University ਤਾਂ ਕਿਸੇ ਯੂਨੀਵਰਸਿਟੀ ਦਾ ਨਾਮ ਆ ਗਿਆ ਫੈਂਸੀ ਜਆ ਸਾਨੂੰ ਪਤਾ ਲੱਗ ਗਿਆ ਜਦੋਂ ਇਹ ਯੂਨੀਵਰਸਿਟੀ ਦੀ ਆਪਾਂ ਨਾਮ ਪੜਾਂਗੇ ਉਦੋਂ ਬਾਅਦ ਕਰ ਲੈਂਦਾ ਬਲੈਂਕਸ ਰੀਡ ਕਰਾਂਗੇ ਉਹਨਾਂ ਚਿਰ ਇਹਨਾਂ ਨੂੰ ਕਰਨ ਦਾ ਕੋਈ ਪੁਆਇੰਟ ਨਹੀਂ ਆ ਚਲੋ ਵਾਪਸ ਚਾਲਦੇ ਹਾਂ ਆਪਣੇ ਪੈਰਾਗ੍ਰਾਫ ਤੇ ਸੋ ਆਪਣਾ ਪੈਰਾਗ੍ਰਾਫ ਸਟਾਰਟ ਹੁੰਦਾ ਮੋਰ ਡਰੱਗਸ ਦੈਨ ਯੂ ਮਾਈਟ ਥਿੰਕ ਆਰ ਡਰਾਈਵਡ ਫਰੋਮ ਆਰ ਇਨਸਪਾਇਰਡ ਬਾਈ ਡਰਾਈਵਡ ਫਰੋਮ ਡਾਇਰੈਕਟਲੀ ਇਨਸਪਾਇਰਡ ਬਾਈ ਮੋਲੀਕੂਲਸ ਚੈੱਕ ਕੀਤਾ ਸਿਮਿਲਰ ਮੈਮਲਾਬ ਮੇਡ ਬਣਾ ਲਿਆ compounds found in living things looking to nature for the soothing and uh, curing of ailments is nothing new we have been doing this tens of thousands of years ta oh khende nature de vichon kuch aidan de compounds nu labna sood karan vaste ya ailments elements ki hogiyan tadian disease bimariyan ਉਹਨਾਂ ਦਾ ਹੱਲ ਕਰਨ ਵਾਸਤੇ ਉਹ ਕਹਿੰਦੇ ਵੀ ਹਜ਼ਾਰਾਂ ਸਾਲ ਤੋਂ ਪ੍ਰਥਾ ਚੱਲੀ ਆ ਰਹੀ ਹੈ ਅਸੀਂ ਨੇਚਰ ਤੋਂ ਸੋਲਿਊਸ਼ਨ ਲੱਭਦੇ ਹੈਗੇ ਆ ਟੂ ਆਰ ਆਪਾਂ ਕਹਿ ਸਕਦੇ ਆ ਟੂ ਆਰ ਪ੍ਰੋਬਲਮਸ ਡਿਜ਼ੀਜ਼ ਇਲਮੈਂਟਸ ਯੂ ਓਨਲੀ ਹੈਵ ਲੁੱਕ ਐਟ ਅਦਰ ਪ੍ਰਾਈਮੇਟਸ ਹੁਣ ਉਹ ਕਹਿੰਦੇ ਆਪਾਂ ਪ੍ਰਾਈਮੇਟਸ ਤੇ ਆ ਗਏ ਮਤਲਬ ਆਪਾਂ ਕਾਹਦੇ ਦੀ ਗੱਲ ਕਰ ਰਹੇ ਹਾਂ ਬਿਲਕੁਲ ਬੇਸਿਕ ਲੈਵਲ ਦੇ ਤੇ ਹਨਾ ਸੱਚ ਐਸ ਕੈਪੀਚੂਨ ਮੰਕੀਜ਼ ਤਾਂ ਹੁਣ ਆਪਾਂ ਮੰਕੀ ਦੀ ਗੱਲ ਕੀਤੀ ਹੂ ਰਬ ਥੈਮਸੈਲਵਸ ਵਿਦ ਟਾਕਸਿਨ ਊਜ਼ਿੰਗ millipedes ਤਾਂ ਹੁਣ ਇਹਨਾਂ ਨੇ ਕੀ ਕੀਤਾ ਟਾਕਸਿਨਸ ਨੂੰ ਛੱਡਣ ਵਾਲੇ ਮਿਲੀਪੀਡਸ ਨਾਲ ਆਪਣੇ ਆਪ ਨੂੰ ਰਗ ਕੀਤਾ ਕਾਦੇ ਵਾਸਤੇ ਟੂ ਡੈਟਰ ਮੋਸਕੀਟੋਸ ਹੁਣ ਯਾਦ ਕਰੋ ਆਪਾਂ ਇੱਕ ਪੜ੍ਹ ਕੇ ਆਏ ਹੈਗੇ ਆ ਕਿ ਕਿਹੜੇ ਐਨੀਮਲਸ ਨੇ ਜਿਹੜੇ ਨੇਚਰ ਦਾ ਯੂਜ਼ ਕਰਦੇ ਨੇ ਆਪਦੀਆਂ ਪ੍ਰੋਬਲਮਸ ਦਾ ਹੱਲ ਕਰਨ ਵਾਸਤੇ ਤਾਂ ਆਪਣੇ ਕੋਲੇ ਦੇਖੋ ਆਪਣੇ ਕੋਲੇ ਮੰਕੀਜ਼ ਦੀ ਐਗਜ਼ਾਮਪਲ ਆ ਗਈ ਚਿਮਪੈਂਜ਼ੀਜ਼ ਹੂ ਯੂਜ਼ ਨੌਕਸ਼ੀਅਸ ਫੋਰੈਸਟ ਪਲਾਂਟਸ ਮਤਲਬ ਆਪਾਂ ਕਹਿ ਸਕਦੇ ਆ ਡੇਂਜਰਸ ਔਰ ਸਮ ਹਾਊ ਸੋ ਆਪਣੇ ਕੋਲ ਕੁਐਸਚਨ ਆਪਣਾ ਹੈਗਾ ਜੀ लेट्स 무ਵ ਟੂ ਦਾ ਕੁਐਸਚਨ ਕੀ ਕਹਿੰਦਾ ਹੈ ਆਪਣਾ ਕੁਐਸਚਨ ਸੋ ਆਪਾਂ ਗੱਲ ਕਰ ਰਹੇ ਹੈਗੇ ਆ ਤੁਸੀਂ ਦੇਖੋ ਇਹਦੇ ਵਿੱਚ ਵਾਈਲਡ ਲਾਈਫ ਵਾਲੇ ਵਿੱਚ ਅ ਕਿਦਰ ਗਿਆ ਹਾਉ ਰੀਸੈਂਟ ਮੈਂਸ਼ਨ ਦਾ ਫੈਕਟਰਸ ਹਾਂਜੀ ਆ ਰਹੀ ਐਗਜ਼ੈਪਲਸ ਆਫ ਐਨੀਮਲਸ ਵਿਚ ਯੂਜ਼ ਮੈਡੀਸਨਲ ਸਬਸਟੈਂਸਸ ਫਰੋਮ ਨੇਚਰ मेडिसिनल सब्सटेंसेस ਹੁਣ ਆਪਾਂ ਦੋ ਐਨੀਮਲਸ ਦੀ ਗੱਲ ਕੀਤੀ ਹੈਗੀ ਆ ਇੱਕ ਗੱਲ ਆਪਾਂ ਚਿੰਪੈਂਜ਼ੀ ਦੀ ਕੀਤੀ ਆ ਇੱਕ ਆਪਾਂ ਮੰਕੀਜ਼ ਦੀ ਗੱਲ ਕੀਤੀ ਆ ਤਾਂ ਐਨੀਮਲਸ ਪਲੂਰਲ ਹੋਗੇ ਚਿੰਪੈਂਜ਼ੀਜ਼ ਕੀ ਕਰਦੇ ਆ ਜਿਹੜੇ ਪੌਇਜ਼ਨਸ ਪਲਾਂਟਸ ਹੈਗੇ ਆ ਉਹਨਾਂ ਨੂੰ ਖਾਂਦੇ ਆ ਤਾਂ ਕਿ ਉਹਨਾਂ ਦੀ ਜਿਹੜੀ ਇੰਟੈਸਟਾਈਨਸ ਦੇ ਵਿੱਚ ਪੈਰਾਸਾਈਟ ਹੈਗੇ ਆ ਉਹ ਖਤਮ ਹੋ ਜਾਣ ਟੂ ਰਿਅਲਾਈਜ਼ ਥੈਟ ਆਰ ਐਂਸ਼ੀਅੰਟ ਇਨਸੈਸਟਰਸ ਟੂ ਪ੍ਰੋਬੇਬਲੀ ਹੈਡ ਦਾ ਬੇਸਿਕ ਗ੍ਰਾਸਪ ਆਫ ਮੈਡੀਸਨ ਤਾ ਬੇਸਿਕਲੀ ਕਹਿੰਦੇ ਕਿ ਸਾਡੇ ਜਿਹੜੇ ਐਂਸ਼ੀਐਂਟ ਸੀਗੇ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਵੀ ਇਹਨਾਂ ਐਨੀਮਲਸ ਤੋਂ ਇਹ ਚੀਜ਼ਾਂ ਸਿੱਖਿਆ ਨੇ ਤਾਂ ਹੁਣ ਆਪਣੇ ਕੋਲੇ ਫਰਸਟ ਕੁਐਸਚਨ ਦਾ ਆਨਸਰ ਜਿਹੜਾ ਹੈਗਾ ਇਹ ਇਹ ਪੈਰਾਗ੍ਰਾਫ ਆ ਗਿਆ ਤਾਂ ਆਪਣਾ ਕੁਐਸਚਨ ਕੀ ਸੀਗਾ ਕਿ ਆਪਾਂ ਐਗਜ਼ਾਮਪਲਾਂ ਦੇਣੀਆਂ ਸੀ ਐਨੀਮਲਸ ਦੀਆਂ ਜਿਹੜੇ ਮੈਡੀਸਨਲ ਸਬਸਟੈਂਸਸ ਨੂੰ ਯੂਜ਼ ਕਰ ਰਿਆ ਸੋਰਾ ਆਪਸ਼ਨ ਇਜ਼ A ਚਿਮਪੈਂਸੀਜ਼ ਐਂਡ ਮੰਕੀਜ਼ ਆਰ ਦਾ ਐਗਜ਼ਾਮਪਲਸ ਦੈਟ ਦੇ ਹੈਵ ਗਿਵਨ ਓਕੇ ਨੈਕਸਟ ਅੱਗੇ ਆਪਣੇ ਕੋਲ ਆ ਗਿਆ 20 ਪੈਰਾਗ੍ਰਾਫ ਦੇ ਵਿੱਚ ਕੀ ਕਹਿੰਦੇ ਆ 20 ਪੈਰਾਗ੍ਰਾਫ ਜੋ ਕਹਿ ਰਿਹਾ ਫਾਰਮਾਸੂਟੀਕਲ ਸਾਇੰਸਸ ਐਂਡ ਕੈਮਿਸਟਰੀ ਬਿਲਡ ਆਫ ਦੀਸ ਬਿਲਡ ਔਨ ਸੌਰੀ ਉਹ ਕਹਿੰਦੇ ਜਿਹੜੀ ਫਾਰਮਾਸੂਟੀਕਲ ਸਾਇੰਸ ਹੈਗੀ ਆ ਜਾਂ ਕੈਮਿਸਟਰੀ ਹੈਗੀ ਆ ਉਹ ਬਣੀ ਆ ਉਹ ਪੈਦਾ ਹੋਈ ਆ ਔਨ ਦੀਸ ਐਂਸ਼ੀਐਂਟ ਫਾਊਂਡੇਸ਼ਨਸ ਐਂਸ਼ੀਐਂਟ ਫਾਊਂਡੇਸ਼ਨਸ ਹਮ ਆਪਾਂ ਨੂੰ ਕਿੱਥੇ ਕਿਹਾ ਗਿਆ ਸੀ ਆਪਾਂ ਇਨਸਪੀਰੇਸ਼ਨ ਕਿੱਥੋਂ ਲੈ ਰਹੇ ਹੈਗੇ ਆ ਨੇਚਰ ਤੋਂ ਐਂਡ ਦੈਨ ਵੀ ਆਰ ਮੇਕਿੰਗ ਆਰ ਸਿੰਥੈਟਿਕ ਕੰਪਾਉਂਡਸ ਥੈਟ ਆਰ ਯੂਸਫੁਲ ਰਾਈਟ ਅ ਜਿੱਦਾਂ ਉਹ ਕਹਿੰਦੇ ਐਂਡ ਪਰਫੈਕਟਡ ਦਾ ਐਕਸਟਰੈਕਸ਼ਨ ਐਕਸਟਰੈਕਟ ਕਰਨਾ ਉਸ ਚੀਜ਼ ਨੂੰ ਕੱਢਣਾ ਕੈਰੈਕਟਰਾਈਜ਼ ਕਰਨਾ ਮੋਡੀਫਾਈ ਕਰਨਾ ਐਂਡ ਟੈਸਟ ਕਰਨਾ ਆਫ ਥੀਸ ਨੇਚਰਲ ਪ੍ਰੋਡਕਟਸ ਦੈਨ ਫਾਰ ਅ ਵਾਈਲ ਫਾਰ ਅ ਵਾਈਲ ਕੀ ਹੋ ਗਿਆ ਇੱਕ ਸਮੇਂ ਵਾਸਤੇ ਉੱਥੇ ਉਹਨਾਂ ਨੇ ਵਰਡ ਆਪਣੇ ਕੋਲੇ ਕੀ ਕੀਤਾ ਹੈਗਾ ਫਿਊ ਇਅਰਸ ਤਾਂ ਹੁਣ ਦੇਖੋ ਉਹਨੂੰ ਅੱਗੇ ਲੈ ਕੇ ਜਾ ਰਹੇ ਆ ਫਾਰਾ ਵਾਇਲਸ ਮਾਡਰਨ ਫਾਰਮਾਸੂਟੀਕਲ ਸਾਇੰਸਿਸ ਮੂਵਡ ਇਟਸ ਫੋਕਸ ਅਵੇ ਫਰੋਮ ਨੇਚਰ ਐਂਡ ਓਨ ਟੂ ਯਾ ਸੌਰੀ ਇਨਟੂ ਲੈਬੈਟਰੀ ਡਿਜ਼ਾਈਨਿੰਗ ਕੈਮੀਕਲ ਕੰਪਾਊਂਡ ਫਰੋਮ ਸਕ੍ਰੈਚ ਤਾਂ ਇਹ ਪੈਰੇਟ ਹੁਣ ਉਹਨਾਂ ਨੇ ਆਪਾਂ ਨੂੰ ਕੀ ਦੱਸਿਆ ਇੱਕ ਸਮੇਂ ਵਾਸਤੇ ਫਾਰਮਾਸੂਟੀਕਲ ਕੰਪਨੀਆਂਜ਼ ਨੇ ਆਪਦਾ ਧਿਆਨ ਨੇਚਰਲ ਸਬਸਟੈਂਸਸ ਤੋਂ ਹਟਾ ਕੇ ਸਿੰਥੈਟਿਕ ਸਬਸਟੈਂਸਸਸ ਤੇ ਲਗਾ ਦਿੱਤਾ ਜਿਹੜੇ ਕਿ ਲੈਬ ਮੇਡ ਸੀਗੇ ਤੇ ਆਪਾਂ ਨੂੰ ਆ ਕੁਐਸਚਨ ਉਹਨਾਂ ਨੇ ਦਿੱਤਾ ਹੋਇਆ ਹੈਗਾ ਕੀ ਫਾਰਾ ਵਾਇਲ ਵਾਲਾ ਫਾਰਾ ਪੀਰੀਅਡ ਆ ਰਿਹਾ ਕੀ ਕਹਿ ਰਹੇ ਹੈਗੇ ਆ ਰੀਜਨਸ ਵਾਈ ਨੇਚਰ ਬੇਸਡ ਮੈਡੀਸਨਸ ਫੈਲ ਆਊਟ ਆਫ ਫੇਵਰ ਹੁਣ ਦੇਖੋ ਫੈਲ ਆਊਟ ਆਫ ਫੇਵਰ ਦੀ ਗੱਲ ਕਰ ਲਈ ਆ ਉਹਨਾਂ ਨੇ ਰੀਜਨ ਵੀ ਅੱਗੇ ਉਹਨਾਂ ਨੇ ਦੇਣਗੇ ਦਾ ਮੇਨ ਕੌਜ਼ ਕੌਜ਼ ਕੀ ਹੋ ਗਿਆ ਰੀਜਨ ਤਾਂ ਮਤਲਬ ਆ ਪੈਰੇ ਦੇ ਵਿੱਚ ਆਪਣੇ ਕੋਲੇ ਉਹਨਾਂ ਨੇ ਰੀਜ਼ਨ ਦਿੱਤੇ ਹੋਏ ਆ ਸੋ ਦੈਟ ਮੀਨਸ ਆ ਵਾਲੇ ਪਾਰਟ ਦਾ ਮੇਰੇ ਕੋਲ ਕੁਐਸਚਨ ਦਾ ਆਨਸਰ ਕੀ ਆ ਗਿਆ ਬੀ ਚਲੋ ਅੱਗੇ ਰੀਡ ਕਰਦੇ ਹਾਂ ਹੁਣ ਤੁਸੀਂ ਦੇਖੋ ਟੈਕਨੀਕਲਟੀ ਦੇ ਬੇਸਿਸ ਦੇ ਉੱਤੇ ਉਹ ਪੈਰਾ ਮੇਰੇ ਅੱਗੇ ਪੜਨਾ ਬੰਦ ਦਾ ਨਹੀਂ ਆ ਕਿਉਂ ਕਿਉਂਕਿ ਉਹਨਾਂ ਨੇ ਰੀਜ਼ਨ ਐਕਸਪਲੇਨ ਕੀਤੇ ਆ ਸਿਰਫ ਇਹੀ ਚੀਜ਼ ਆ ਰਾਜੇ ਜਿਹੜੀ ਮੈਂ ਤੁਹਾਨੂੰ ਸਮਝਾਉਣੀ ਚਾਹਣੀ ਆ ਯੂ ਕਮ ਟੂ ਅ ਸਰਟਨ ਪੁਆਇੰਟ ਵੈਨ ਯੂ ਨੋ ਦੈਟ ਯੂ ਹੈਵ ਆਲਰੇਡੀ ਅਗੇਂ ਦਾ ਯੂਸਫੁਲ ਇਨਫੋਰਮੇਸ਼ਨ ਥੈਟ ਇਜ਼ ਨੀਟਡ ਕਿਉਂਕਿ ਯੂਨੀਵਰਸਿਟੀ ਦਾ ਨਾਮ ਹੈ ਉਹ ਹਲੇ ਆਇਆ ਨਹੀਂ ਆ ਤਾਂ ਜੇ ਯੂਨੀਵਰਸਿਟੀ ਦਾ ਨਾਮ ਆਉਂਦਾ ਤਾਂ ਆਪਾਂ ਕਾਹਦੇ ਤੇ ਜਾਣਾ ਸੀਗਾ ਆਪਾਂ ਆਪਦੀਆਂ ਫਿਲਨ ਦਾ ਬਲੈਂਕਸ ਤੇ ਚਲੇ ਜਾਣਾ ਸੀ ਦੂਸਰਾ ਆਪਣੇ ਕੋਲੇ ਕੀ ਗੱਲ ਸੀਗੀ ਕਿ ਐਨ ਜਿਹੜੇ ਇਹ ਇਨਸੈਕਟਸ ਨੇ ਇਹ ਫੇਵਰਡ ਕਿਉਂ ਨੇ ਇਹਨਾਂ ਤੋਂ ਇਹਨਾਂ ਤੇ ਰਿਸਰਚ ਕਿਉਂ ਕੀਤੀ ਜਾਂਦੀ ਆ ਹੁਣ ਆਪਾਂ ਕੀ ਕਰ ਰਹੇ ਆ ਰੀਜਨਸ ਇਹਨਾਂ ਤੋਂ ਅਵੇ ਜਾਂਦੇ ਥੈਟ ਮੀਨਸ ਆ ਜਿਹੜਾ ਦੂਜਾ ਪੁਆਇੰਟ ਸੀ ਆਹ ਵਾਲਾ ਜਿਹੜਾ ਇਹਨਾਂ ਨੇ ਕਿਹਾ ਹੈਗਾ ਹਨਾ ਫੋਲੋਇੰਗ ਮੇਕ ਇਨਸੈਕਟ interesting interesting ਦਾ ਮਤਲਬ ਕੀ ਹੋ ਗਿਆ ਫੇਵਰੇਬਲ ਕਿ ਇਹਨਾਂ ਤੇ ਰਿਸਰਚ ਕਿਉਂ ਕੀਤੀ ਜਾਂਦੀ ਹੈ ਤਾਂ ਮਤਲਬ ਆ ਇਹਦਾ ਵੀ ਆਨਸਰ ਨਹੀਂ ਮਿਲਣਾ ਇਹਦਾ ਵੀ ਆਨਸਰ ਮਿਲ ਗਿਆ ਹੁਣ ਮੇਰੇ ਕੋਲੇ ਉਹਦੇ ਚ ਸਿਰਫ ਕਾਰਨ ਐਕਸਪਲੇਨ ਕੀਤੇ ਗਏ ਆ that means ਕਿ ਜਿਹੜੀ ਆ ਵਾਲੀ ਸਾਰੀ ਪੀਸ ਆਫ ਇਨਫੋਰਮੇਸ਼ਨ ਹੈ this is irrelevant ਯੂ ਆਰ ਨਾਟ ਸੁਪੋਜ਼ ਟੂ ਰੀਡ ਇਟ this is how you will save time in your reading to figure out what is important and what is not Okay ਅੱਗੇ মুਵ ਕਰਦੇ ਆ ਸੀ ਤੇ ਲੈਬਾਰਟਰੀ ਬੇਸਡ ਡਰੱਗਸ ਡਿਸਕਵਰੀ ਹੈਜ਼ ਅਚੀਵਡ ਵੇਰੀنگ ਲੈਵਲ ਆਫ ਸਕਸੈਸ ਹੁਣ ਆਪਣੇ ਕੋਲੇ ਸਕਸੈਸ ਦੀ ਗੱਲ ਆ ਗਈ ਆ ਡਰੱਗਸ ਬਣਾਈਆਂ ਕਿਹੜੀਆਂ ਕਿੱਥੋਂ ਦੀ ਗੱਲ ਕਰ ਰਹੀ ਆ ਲੈਬ ਬੇਸਡ ਦੀ ਹਾਲੇ ਵੀ ਆਪਾਂ ਨੈਚੁਰਲ ਤੇ ਨਹੀਂ ਆਏ ਆਪਾਂ ਕਾਦੀ ਗੱਲ ਕਰ ਰਹੀ ਆ ਲੈਬ ਬੇਸਡ ਡਰੱਗਸ ਦੇ ਬੈਨੀਫਿਟ ਜਾਂ ਉਹਨਾਂ ਨੂੰ ਕਿਉਂ ਪ੍ਰਾਇੋਰਟੀ ਦਿੱਤੀ ਗਈ ਫਾਰ ਆ ਪੀਰੀਅਡ ਆਫ ਟਾਈਮ ਓਵਰ ਦਾ ਨੈਚੁਰਲ ਆਪਾਂ ਕਹਿ ਸਕਦੇ ਹੈਗੇ ਆ ਮਟੀਰੀਅਲਸ ਫਾਰ ਮੇਕਿੰਗ ਮੈਡੀਸਨ ਸੋਰੀ ਲੈਬੋਰੀ ਬਾਇਓ ਡਰਗ ਡਿਸਕਵਰੀ ਹੈਸ ਅਚੀਵਡ ਵੇਰਿੰਗ ਲੈਵਲ ਆਫ ਸਕਸੈਸ ਸਮਥਿੰਗ ਵਿਚ ਇਜ਼ ਹੈਸ ਨਾਓ ਪ੍ਰੋਮਪਟਡ ਦਾ ਡਵੈਲਪਮੈਂਟ ਆਫ ਨਿਊ ਅਪਰੋਚਸ ਫੋਕਸਿੰਗ ਵਾਂਸ ਅਗੇਨ ਔਨ ਨੈਚਰਲ ਪ੍ਰੋਡਕਟ ਹੁਣ ਆ ਪੈਰੇ ਦੇ ਵਿੱਚ ਇਹਨੇ ਮੈਨੂੰ ਐਕਸਪਲੇਨ ਕਰਨਾ ਆ ਅਸੀਂ ਨੈਚਰਲ ਪ੍ਰੋਡਕਟ ਤੇ ਦੁਬਾਰਾ ਤੋਂ 스ਵਿਚ ਕਿਉਂ ਹੋ ਗਏ ਇੱਕ ਜਗ੍ਹਾ ਤੇ ਤੁਹਾਨੂੰ ਯਾਦ ਕਰੋ ਆਪਣੇ ਉੱਥੇ ਆਇਆ ਸੀ ਰੀਨਿਊਡ ਇੰਟਰਸਟ ਰੀਨਿਊਡ ਕੀ ਦੁਬਾਰਾ ਤੋਂ ਨਵਾਂ ਹੋਇਆ ਪਿਛਲੇ ਪੈਰੇ ਚ ਆਪਾਂ ਪੜਿਆ ਇੰਟਰਸਟ ਚਲਾ ਕਿਉਂ ਗਿਆ ਸੀ ਹੁਣ ਪੈਰੇ ਚ ਉਹਨਾਂ ਨੇ ਕੀ ਕਿਹਾ ਹੈਗਾ ਅਪਰੋਚਸ ਫੋਕਸਿੰਗ ਵਾਂਸ ਅਗੇਨ ਵਾਂਸ ਅਗੇਨ ਦਾ ਮਤਲਬ ਕੀ ਹੋ ਗਿਆ ਸਾਡਾ ਇੰਟਰਸਟ ਰੀਨਿਊ ਹੋ ਗਿਆ 댓 ਮੀਨਸ ਕਿ ਜਿਹੜਾ ਸਾਡਾ ਕੁਐਸਚਨ ਸੀਗਾ ਆਹ ਵਾਲਾ ਅ ਕਿੱਥੇ ਗਿਆ ਰੈਫਰੈਂਸ ਬੈਨੀਫਿਟ ਦਾ ਵਰਲਡ ਲਾਈਫ ਚੈਲੈਂਜਿੰਗ ਹਾਊ ਰਿਸਰਚ ਨਹੀਂ ਮੈਂਸ਼ਨ ਦਾ ਫੈਕਟਰਸ ਹਾਂ ਆ ਰਿਹਾ driving renewed interest ਦੁਬਾਰਾ ਤੋਂ ਇੰਟਰਸਟਡ ਡਿਵੈਲਪ ਹੋਇਆ ਸੀ ਪੈਰਾਗ੍ਰਾਫ ਹੁਣ ਦੇਖਦੇ ਆ ਫੈਕਟਰਸ ਵੈਸੇ ਤਾਂ ਤੁਸੀਂ ਇਹਨੂੰ ਇੱਥੇ ਛੱਡ ਸਕਦੇ ਹੋ ਪਰ ਦੇਖ ਲੈਨੇ ਆ ਵਿਟਡ ਅਬਿਲਿਟੀ ਟੂ ਮਾਈਨ ਜੈਨੋਮਸ ਫਾਰ ਯੂਜ਼ਵਲ ਯੂਸਫੁਲ ਕੰਪਾਉਂਡਸ ਇਟ ਇਜ਼ ਨਾਓ ਐਵਿਡੈਂਟ ਥੈਟ ਵੀ ਹੈਵ ਬੇਰਲੀ ਸਕ੍ਰੈਚਡ ਇਟ ਸਕਰਾਚ ਦਾ ਸਰਫੇਸ ਆਫ ਨੇਚਰਸ ਮੋਲੀਕਿਊਲ ਬਾਇਓਡਾਈਵਰਸਿਟੀ ਤੋ ਕਹਿੰਦੇ ਹੈਗੇ ਆ ਕਿ ਜੀਨੋਮ ਦੀ ਸਟਡੀ ਕੀਤੀ ਆ ਆਪਾਂ ਡੀਐਨਏ ਦੀ ਸਟਡੀ ਕੀਤੀ ਆ ਬਟ ਹਾਲੇ ਤੱਕ ਜਿੰਨੇ ਵੀ ਨੇਚਰ ਦੇ ਵਿੱਚ ਕੰਪਾਊਂਡ ਪਾਏ ਜਾਂਦੇ ਆ ਉਹਨਾਂ ਦਾ ਤਾਂ ਹਲੇ ਅਸੀਂ ਡਾਈਵਰਸਿਟੀ ਨੂੰ ਸਕਰਾਚ ਹੀ ਕੀਤਾ ਮਤਲਬ ਬਹੁਤ ਘੱਟ ਸਾਨੂੰ ਪਤਾ ਆ ਮੇਜੋਰਿਟੀ ਆਫ ਆਰ ਆਪਾਂ ਮੈਂ ਕਹਿ ਸਕਦੀ ਹਾਂ ਮੈਕਸਿਮਮ ਦਾ ਸਾਨੂੰ ਪਤਾ ਹੀ ਨਹੀਂ ਆ ਕਿੱਦਾਂ ਦੇ ਆ ਦਿਸ ਰੀਅਲਾਈਜ਼ੇਸ਼ਨ ਟੂ ਗੈਦਰ ਵਿਦ several ਲੂਮਿੰਗ ਹੈਲਥ ਕ੍ਰਾਈਸਿਸ ਦੋ ਚੀਜ਼ਾਂ ਹੋ ਗਿਆ ਇੰਟਰਸਟ ਤੇ ਲੂਮਿੰਗ ਹੈਲਥ ਕ੍ਰਾਈਸਿਸ ਲੂਮਿੰਗ ਇਨਕਰੀਸਿੰਗ ਠੀਕ ਐ ਸਚ ਐਸ ਐਂਟੀਬਾਇਓਟਿਕ ਰੈਜ਼ਿਸਟੈਂਸ ਹੈਜ਼ ਪੁਟ ਬਾਇਓ ਪ੍ਰੋਸਪੈਕਟਿੰਗ ਦਾ ਸਰਚ ਫਾਰ ਯੂਸਫੁਲ ਕੰਪਾਊਂਡ ਇਨ ਨੇਚਰ ਫਾਰਮਲੀ ਬੈਕ ਔਨ ਦਾ ਮੈਪ ਤਾਂ ਵਾਪਸ ਆ ਗਏ ਆਪਾਂ ਘੁਮ ਕਮਾ ਕੇ ਉੱਥੇ ਹੀ ਜਿੱਥੇ ਅਸੀਂ ਗੱਲ ਛੱਡੀ ਸੀ ਠੀਕ ਆ ਜੀ ਨੈਕਸਟ ਚਾਲਦੇ ਆਂ ਡੀ ਪੈਰਾਗ੍ਰਾਫ ਕੀ ਕਹਿ ਰਿਹਾ ਆਪਾਂ

divildring ਬਹੁਤ ਜਿਆਦਾ ਸਿਰਕਮਾ ਦੇਣ ਵਾਲੀ ਅਰੇ ਆਫ ਇੰਟਰੈਕਸ਼ਨ ਵਿਦ ਅਦਰ অর্গানিਜ਼ਮਸ ਸਮਥਿੰਗ ਵਿਚ ਹੈਜ਼ ਡਰਿਵਨ ਦਾ ਇਵੋਲੂਸ਼ਨ ਆਫ ਐਂਡ ਇਨਾਰਮਸ ਰੇਂਜ ਆਫ ਵੈਰੀ ਇੰਟਰਸਟਿੰਗ ਕੰਪਾਉਂਡਸ ਫਾਰ ਡਿਫੈਂਸਿਵ ਐਂਡ ਆਫੈਂਸਿਵ ਪਰਪਸਸਸ ਤਾਂ ਮਤਲਬ ਕੀ ਹੈਗਾ ਇਨਸੈਕਟਸ ਨੇ ਇੰਨੀ ਜਿਆਦਾ ਆਪਾਂ ਕਹਿ ਸਕਦੇ ਹੈਗੇ ਆ ਆਪਣਾ ਇਵੈਲੂਏਟ ਇਵੈਲੂਏਟ ਨਹੀਂ ਕਵਾਂਗੇ ਏਵੋਲੂਸ਼ਨ ਕੀਤੀ ਹੈਗੀ ਆ ਕਿ ਉਹਨਾਂ ਨੇ ਨੈਚੁਰਲ ਡਿਫੈਂਸਿਵ ਤੇ ਆਫੈਂਸਿਵ ਸਿਸਟਮਸ ਬਣਾ ਲਏ ਆ ਜਿਹੜੇ ਸਾਨੂੰ ਡਰੱਗਸ ਵਾਸਤੇ ਚਾਹੀਦੇ ਆ ਡਿਫੈਂਸਿਵ ਕਿਉਂ ਬਿਮਾਰੀ ਤੋਂ ਮੈਂ ਆਪਣੇ ਆਪ ਨੰ ਬਚਾਵਾਂ ਆਫੈਂਸਿਵ ਕਿਉਂ ਮੇਰੇ ਅੰਦਰ ਮੋਲੀਕਿਊਲਸ ਐਂਟਰ ਕਰ ਗਏ ਬਿਮਾਰੀ ਦੇ ਮੇਰੇ ਜਿਹੜੇ ਆ ਟੀ ਬੀ ਸੀ ਉਹਨਾਂ ਨਾਲ ਲੜ ਤਾ ਮੇਰੇ ਕੋਲੇ ਦੋਨੋਂ ਹੀ ਸਿਸਟਮ ਚਾਹੀਦੇ ਹੈਗੇ ਆ ਤੇ ਇਹ ਇੱਕ ਰੀਜ਼ਨ ਹੈਗਾ ਕਿ ਕਿਉਂ ਆਪਾਂ ਇਸ ਚੀਜ਼ ਚ ਇੰਟਰਸਟ ਕਰ ਰਹੇ ਆਂ ਕ੍ਰੀਏਟ ਤਾਂ ਤੁਹਾਨੂੰ ਉਹਨਾਂ ਨੇ ਦੇਖਿਓ ਦੋ ਗੱਲਾਂ ਕਹੀਆਂ ਸੀ ਵਾਪਸ ਇੰਟਰਸਟ ਬੈਕ ਕਿਉਂ ਲਿਆ ਰਹੇ ਆਂ ਆਪਾਂ ਹਨਾ ਦਾ ਰਿਮਾਰਕੇਬਲ ਡਾਈਵਰਸਿਟੀ ਐਕਸੀਡਸ ਥੈਟ ਐਵਰੀ ਅਦਰ ਗਰੁੱਪ ਆਫ ਐਨੀਮਲਸ ਔਨ ਦਾ ਪਲਾਨਟ ਕੰਬਾਈਨਡ ਉਹ ਕਹਿੰਦੇ ਕਿ ਅਸੀਂ ਦੁਨੀਆ ਦੇ ਉੱਤੇ ਜਿੰਨੇ ਵੀ ਐਨੀਮਲਸ ਨੇ ਸਾਰਿਆਂ ਨੂੰ ਕੰਬਾਈਨ ਕਰੀਏ ਕੰਪੇਅਰ ਕਰੀਏ ਉਹ ਕਿੰਨੇ ਡਾਈਵਰਸਾਈਫਾਈ ਨੇ ਕੰਪੇਅਰ ਟੂ ਇਨਸੈਕਟ ਸਪੀਸੀਜ਼ ਤਾਂ ਆਪਣੇ ਕੋਲੇ ਇਨਸੈਕਟਸ ਜ਼ਿਆਦਾ ਸਪੀਸੀਜ਼ ਦੇ ਵਿੱਚ ਨੇ ਜ਼ਿਆਦਾ ਆਪਾਂ ਕਹਿ ਸਕਦੇ ਆ ਡਾਈਵਰਸਿਫਾਈ ਨਹੀਂ ਯੈਟ ਈਵਨ ਦੋ ਇਨਸੈਕਟਸ ਆਰ ਫਾਰ ਐਂਡ ਅਵੇ ਦ ਮੋਸਟ ਡਾਈਵਰਸ ਐਨੀਮਲਸ ਇਨ ਐਗਜ਼ਿਸਟੈਂਸ देयर ਪੋਟੈਂਸ਼ੀਅਲ ਐਸ ਅ ਸੋਰਸ ਆਫ ਥੈਰਾਪਿਊਟਿਕ ਕੰਪਾਊਂਡ ਇਜ਼ ਯੈਟ ਟੂ ਬੀ ਰੀਅਲਾਈਜ਼ਡ ਹਲੇ ਆਪਾਂ ਨੂੰ ਲੱਭਣਾ ਬਾਕੀ ਆ ਹੁਣ ਤੁਸੀਂ ਦੇਖੋ ਆਪਾਂ ਚੱਲਦੇ ਹੈਗੇ ਆ ਤੁਹਾਡੇ ਆ ਵਾਲੇ ਕੁਐਸਚਨ ਤੇ ਉੱਤੇ ਉਹ ਕਹਿੰਦੇ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਇਨਸੈਕਟ ਨੂੰ ਇੰਟਰਸਟਿੰਗ ਬਣਾਉਂਦੀਆਂ ਨੇ ਰਿਸਰਚ ਵਾਸਤੇ ਮੈਨੇਜੇਬਲ ਸਾਈਜ਼ ਵਾਲੀ ਆਪਾਂ ਪਹਿਲਾਂ ਹੀ ਕੱਟ ਕਰਤੀ ਸੀ ਸਿਮਿਲੈਰਿਟੀਜ਼ ਬਿਟਵੀਨ ਡਿਫਰੈਂਟ ਸਪੀਸੀਜ਼ ਹਲੇ ਆਪਣੇ ਕੋਲੇ ਸਿਮਿਲੈਰਿਟੀ ਬਾਰੇ ਕੋਈ ਗੱਲ ਨਹੀਂ ਹੋਈ ਛੱਡਤਾ ਪੋਟੈਂਸ਼ੀਅਲ ਟੂ ਐਕਸਟ੍ਰੈਕਟ ਐਂਡ ਮੇਕ ਯੂਜ਼ ਆਫ ਇਨਸੈਕਟਸ ਜੈਨੇਟਿਕ ਕੋਰਸ ਡੀਐਨਏ ਬਾਰੇ ਹਲੇ ਕੋਈ ਗੱਲ ਨਹੀਂ ਕੀਤੀ ਵੈਰਾਈਟੀ ਆਫ ਸਬਸਟੈਂਸਸਿਸ ਇਨਸੈਕਟਸ ਹੈਵ ਡਿਵੈਲਪਡ ਟੂ ਪ੍ਰੋਟੈਕਟ ਆ ਚੀਜ਼ ਹੁਣੇ ਆਪਾਂ ਪੜ੍ਹ ਕੇ ਹਟੇ ਆ ਕਿ ਉਹਨਾਂ ਨੇ ਵੈਰਾਈਟੀ ਆਫ ਸਬਸਟੈਂਸਸ ਬਣਾਇਆ ਇਨਾਰਮਸ ਰੇਂਜ ਇਨਾਰਮਸ ਰੇਂਜ ਕਾਦੇ ਵਾਸਤੇ ਆਪਾਂ ਟਰਮ ਯੂਜ਼ ਕਰ ਲਈ ਵੈਰਾਈਟੀ ਵਾਸਤੇ ਆਫ ਵੈਰੀ ਇੰਟਰਸਟਿੰਗ ਕੰਪਾਉਂਡਸ ਫਾਰ ਡਿਫੈਂਸਿਵ ਐਂਡ ਆਫੈਂਸਿਵ ਪਰਪਸਸਸ ਡਿਫੈਂਸਿਵ ਤੇ ਆਫੈਂਸਸ ਕਾਦੇ ਵਾਸਤੇ ਪ੍ਰੋਟੈਕਸ਼ਨ ਵਾਸਤੇ ਤਾ ਆਪਣੇ ਕੋਲੇ ਇੱਕ ਆਨਸਰ ਮਿਲ ਗਿਆ ਅੱਗੇ ਮੂਵ ਕਰਦੇ ਹਾਂ ਰਾਜੇ ਨੈਕਸਟ ਆ ਗਿਆ ਫ੍ਰੋਮ ਦਾ ਟਾਈਨੀ ਪ੍ਰੋਪੋਰਸ਼ਨਸ ਆਫ ਇਨਸੈਕਟ ਹੁਣ ਆਪਾਂ ਥੋੜੇ ਜਿ ਇਨਸੈਕਟ ਲਏ ਆ ਠੀਕ ਹੈ ਟਾਈਨੀ ਪ੍ਰੋਪੋਰਸ਼ਨ ਲਈ ਆ ਇਨਸੈਕਟਸ ਦੀ ਥੈਟ ਹੈਵ ਬੀਨ ਇਨ ਇਨਵੈਸਟੀਗੇਟਿਡ ਸੈਵਰਲ ਪ੍ਰੋਮਿਸਿੰਗ ਕੰਪਾਊਂਡਸ ਹੈਵ ਬੀਨ ਆਇਡੈਂਟੀਫਾਈਡ ਤਾ ਬੇਸਿਕਲੀ ਜਿੰਨੇ ਥੋੜੇ ਜਿ ਇਨਸੈਕਟਸ ਤੇ ਆਪਾਂ ਰਿਸਰਚ ਕੀਤੀ ਆ उन्ह तो आपू काफ़ी सारे इंट्रस्टिंग कंपाउंड मिले दैट वी कैन यूज फॉर मेडिसन फॉर एग्जाम्पल एलोफन एंड एंटी मैको मैको माइक्रोबीअल कंपाउंड प्रोड्यूस्ड बाय फ्लाई लारवे इज यूज एज एंटीवाइटल एंड एंटी ट्यूमर एजेंट याद करो ਕੋਈ ਸਬਸਟੈਂਸ ਐਨੀਮਲ ਤੋਂ ਡਰਾਈਵ ਕੀਤਾ ਗਿਆ ਮਾਡਰਨ ਟਾਈਮ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਕਾਦੇ ਵਾਸਤੇ ਐਂਟੀਵਾਇਰਲ ਐਂਟੀ ਟਿਊਮਰ ਏਜੈਂਟ ਇਨ ਸਾਊਥ ਕੋਰੀਆ ਐਂਡ ਰਜਾ ਦਾ ਲਾਰਵੇ ਫਾਰ ਫਿਊ ਅਦਰ ਇਨਸੈਕਟ ਸਪੀਸੀਜ਼ ਆਰ ਬੀਂਗ ਇਨਵੈਸਟੀਗੇਟਿਡ ਫਾਰ ਪੋਟੈਂਟ ਪੋਟੈਂਟ ਪੋਸੀਬਲ ਐਂਟੀ ਮਾਈਕਰੋਬੀਅਲ ਕੰਪਾਊਂਡਸ ਦੇ ਪ੍ਰੋਡਿਊਸ ਮੀਨਵਾਲ ਦਾ ਕੰਪਾਊਂਡ ਫਰੋਮ ਦਾ ਵੈਨਮ ਆਫ ਦਾ ਵਾਸਪ ਵਾਸਪ ਰਾਜੇ ਕੀੜੇ ਨੂੰ ਕਹਿ ਦਿੰਦੇ ਆ ਵਾਸ ਪੋਲੀਪੀਆ ਪੋਲਿਸਟਾ ਹੈਜ਼ ਪੋਟੈਂਸ਼ੀਅਲ ਇਨ ਕੈਂਸਰ ਟਰੀਟਮੈਂਟ ਹੁਣ ਦੇਖੋ ਇਹਦਾ ਪੋਟੈਂਸ਼ੀਅਲ ਹੈਗਾ ਬਟ ਥਿਸ ਇਜ਼ ਨਾਟ ਯੂਜ਼ਡ ਏਟ ਬਟ ਆਹ ਵਾਲਾ ਜਿਹੜਾ ਇੱਥੇ ਕਿਹਾ ਹੈਗਾ ਇਹਨੂੰ ਕੀ ਕਿਹਾ ਇਸ ਯੂਜ਼ਡ ਕੀਤਾ ਜਾ ਰਿਹਾ ਹੈ ਇਸਤੇਮਾਲ ਕੀਤਾ ਜਾ ਰਿਹਾ ਸਾਊਥ ਕੋਰੀਆ ਤੇ ਰਸ਼ੀਆ ਦੇ ਵਿੱਚ ਐਂਟੀਵਾਇਰਲ ਜੁਕਾਮ ਤੋਂ ਐਂਟੀ ਟਿਊਮਰ ਟਿਊਮਰ ਦੇ ਅਗੇਂਸਰ ਕੈਂਸਰ ਦੇ ਅਗੇਂਸਰ ਤਾਂ ਹੁਣ ਆਪਣੇ ਕੋਲੇ ਇੱਥੇ ਦੇਖੋ ਕੁਐਸਚਨ ਸੀਗਾ ਕਿ ਕਿਹੜੀ ਚੀਜ਼ ਹੈਗੀ ਆ ਜਿਹੜੀ ਯੂਜ਼ ਕੀਤੀ ਜਾ ਰਹੀ ਆ ਆ ਰੈਫਰੈਂਸ ਆਫ ਹਾਊ ਇਨਸੈਕਟਸ ਇਨ ਇੰਟਰਸਟ ਇਨ ਡਰਗ ਵਿਲ ਬੈਨੀਫਿਟ ਵਾਈਲਡ ਲਾਈਫ ਰੀਜਨਸ ਵਾਈਂ ਨਹੀਂ ਆ ਹਾਊ ਰੀਸੈਂਟ ਟੈਕਨੋਲੋਜੀ ਨਹੀਂ ਹਾਂ ਆ ਰਿਹਾ ਐਨ ਐਗਜ਼ਾਮਪਲ ਆਫ ਇਨਸੈਕਟ ਡਰਾਈਵਡ ਮੈਡੀਸਨ ਕੀ ਦੇ ਤੋਂ ਬੀ ਤੋਂ ਬਣਾਈ ਗਈ ਆ ਯੂਜ਼ ਐਟ ਦਾ ਮੋਮੈਂਟ ਰਸ਼ੀਆ ਦੇ ਵਿੱਚ ਤੇ ਉਥੇ ਕਿਹੜੇ ਪੈਰਾਗ੍ਰਾਫ ਦੇ ਵਿੱਚ ਸੀਗੀ ਇਹ ਗੱਲ ਹੋਣੀ ਆ ਆਪਾਂ ਪੜੇ ਆ ਕੀ ਪੈਰਾਗ੍ਰਾਫ ਦੇ ਵਿੱਚ ਠੀਕ ਹੈ ਰਾਜੇ ਅੱਗੇ ਚੱਲਦੇ ਹਾਂ ਹੁਣ ਤੁਸੀਂ ਦੇਖੋ ਇਹ ਨਿੱਕੇ ਨਿੱਕੇ ਸ਼ਬਦ ਤੁਸੀਂ ਯਾਦ ਰੱਖੇ ਆ ਤਾਂ ਹੀ ਤੁਹਾਨੂੰ ਲਈ ਆ ਚੀਜ਼ਾਂ ਇੰਨੀ ਈਜ਼ ਹੋ ਰਹੀਆਂ ਨੇ ਪਿੱਛੇ ਚੱਲਦੇ ਆਂ ਆਪਾਂ ਸੋ ਵਾਈ ਇਜ਼ 댓 ਇਨਸੈਕਟ ਹੈਵ ਰਿਸੀਵਡ ਰਿਲੇਟਿਵਲੀ ਲिटल ਅਟੈਂਸ਼ਨ ਹੁਣ ਤੁਸੀਂ ਦੇਖੋ ਮੈਂ ਅਗਰ ਪੈਰੇ ਦੀ ਸੀਕੁਐਂਸ ਤੋਂ ਧਿਆਨ ਦਵਾਂ ਪਹਿਲੇ ਪੈਰੇ 'ਚ ਉਹਨਾਂ ਨੇ ਮੈਨੂੰ ਦੱਸਿਆ ਕਿ ਪਾਸਟ ਤੋਂ ਇਹਦਾ ਯੂਜ਼ ਹੁੰਦਾ ਆ ਰਿਹਾ ਦੂਜੇ ਪੈਰੇ 'ਚ ਉਹ ਮੇਰੇ ਕੋਲ ਆਏ ਕਿ ਪਿਛਲੇ ਕੋਸ਼ਤ ਸਾਲਾਂ ਦੇ ਵਿੱਚ ਇਹਦਾ ਯੂਜ਼ ਬੰਦ ਕਰ ਦਿੱਤਾ ਗਿਆ ਸੀ ਕਿਉਂ ਬੰਦ ਕਰ ਦਿੱਤਾ ਗਿਆ ਸੀ ਤੀਜੇ ਪੈਰੇ ਚੋਂ ਮੈਨੂੰ ਆਏ ਕਿ ਇਹਨਾਂ ਦਾ ਦੁਬਾਰਾ ਯੂਜ਼ ਸ਼ੁਰੂ ਕਰ ਦਿੱਤਾ ਗਿਆ ਕਿਉਂ ਸ਼ੁਰੂ ਕਰ ਦਿੱਤਾ ਗਿਆ ਚੌਥੇ ਪੈਰੇ ਚੋਂ ਮੇਰੇ ਕੋਲ ਆਏ ਕਿ ਇਹਦੇ ਵਿੱਚ ਕੀ ਹੈ ਜੀਆਂ ਖੂਬੀਆਂ ਨੇ ਜਿਹਦੀ ਵਜ੍ਹਾ ਕਰਕੇ ਇਹਨੂੰ ਮੈਂ ਮੈਡੀਸਨ ਦੇ ਵਿੱਚ ਯੂਜ਼ ਕਰ ਰਹੀ ਹਾਂ ਪੰਜਵੇਂ ਪੈਰੇ ਚੋਂ ਮੇਰੇ ਕੋਲ ਕਾਦੇ ਚਾਏ ਕਿੱਥੇ ਇਹਨੂੰ ਯੂਜ਼ ਕੀਤਾ ਜਾ ਰਿਹਾ ਤਾਂ ਤੁਹਾਨੂੰ ਸੀਕੁਐਂਸਿੰਗ ਧਿਆਨ ਚ ਹੈਗੀ ਆ ਕਿ ਗੱਲਾਂ ਚੱਲ ਕਿੱਦਾਂ ਰਹੀਆਂ ਨੇ ਮੰਨ ਲਓ ਕੋਈ ਕੁਐਸਚਨ ਮਿਸ ਹੋ ਗਿਆ ਤੁਹਾਡੇ ਦਿਮਾਗ ਚ ਆਈਡੀਆ ਹੈਗਾ ਕਿ ਮੈਂ ਗੱਲਾਂ ਕਰ ਕਿਹੜੇ ਕੰਟੈਕਸਟ ਚ ਰਹੀ ਹੂੰ ਇਟ ਊਡ ਬੀ ਰੀਅਲੀ ਈਜ਼ੀ ਫਾਰ ਯੂ ਟੂ ਫਿਗਰ ਆਊਟ ਅ ਕੁਐਸਚਨ ਇਫ ਯੂ ਲੇਫਟ ਵੈਨ ਯੂ نو ਦਾ ਸੀਕਵੈਂਸਿੰਗ ਆਫ ਦਾ ਪੈਰਾਗ੍ਰਾਫਸ ਇਨ ਵਿਚ ਆਰਡਰ ਦੇ ਆਰ ਪ੍ਰੋਸੀਡਿੰਗ ਠੀਕ ਆ ਨੈਕਸਟ ਆ ਗਿਆ ਵਾਈ ਇਸ 댓 ਇਨਸੈਕਟਸ ਹੈਵ ਰੀਸੀਵਡ ਰੈਲੇਟਿਵਲੀ ਲिटल ਅਟੈਨਸ਼ਨ ਹੁਣ ਮੈਨੂੰ ਦੱਸੋ ਹੁਣ ਇਹਨਾਂ ਨੇ ਕੀ ਕਿਹਾ ਬਾਇਓ ਪ੍ਰੋਸਪੈਕਟਿੰਗ ਦੇ ਵਿੱਚ ਬੇਸਿਕਲੀ ਕੀ ਪ੍ਰੋਬਲਮਸ ਆ ਸਕਦੀਆਂ ਨੇ ਵੈਨ ਆਮ ਰਿਸਰਚਿੰਗ ਔਨ ਇਨਸੈਕਟਸ ਦੇਖੋ ਫਰਸਟਲੀ

ਐਂਡ ਗਲੈਂਡਸ ਇਨਸਾਈਡ ਥੈਮ ਸਕਰੀਡ ਪੋਟੈਂਸ਼ੀਅਲੀ ਯੂਸਫੁਲ ਕੰਪਾਊਂਡ ਆਰ ਸਮਾਲਰ ਸਟਿਲ ਤਾਂ ਕਾਰਨ ਕੀ ਦਿੱਤਾ ਆ ਕਿ ਇਹਨਾਂ ਨੂੰ ਜਿਹੜਾ ਹੈਗਾ ਯੂਜ਼ ਕਰਨਾ ਔਖਾ ਕਿਉਂ ਆ ਕਿਉਂਕਿ ਇੱਕ ਤਾਂ ਇਹਨਾਂ ਦਾ ਸਾਈਜ਼ ਸਮਾਲ ਆ ਇੱਕ ਤਾਂ ਪਹਿਲਾਂ ਵੈਰਾਈਟੀ ਬੜੀ ਆ ਉਹਨਾਂ 'ਚ ਕਿਹਦੇ ਤੇ ਕਰੀਏ ਪਤਾ ਨਹੀਂ ਲੱਗਦਾ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਕਿਹਦੇ ਤੇ ਰਿਸਰਚ ਕਰਨੀ ਆ ਉਹ ਇੰਨੇ ਜਿਆਦਾ ਸਮਾਲ ਨੇ ਉਪਰ ਉਹਨਾਂ ਦੀਆਂ ਜਿਹੜੀਆਂ ਗਲੈਂਡਸ ਦੇ ਵਿੱਚ ਉਹ ਕੰਪਾਊਂਡ ਸਕਰੀਟ ਹੋ ਰਿਹਾ ਉਸ ਤੋਂ ਵੀ ਜਿਆਦਾ ਛੋਟੀਆਂ ਨੇ that means it is very difficult ਕੀ ਡਿਫਿਕਲਟ ਹੈਗਾ this make it difficult to obtain sufficient quantities of compound for subsequent testing thirdly although we consider insects to be everywhere the reality of this ubiquity is vast number of few extremely common species ਤਾ ਬੇਸਿਕਲੀ ਕਹਿਣਾ ਕੀ ਚਾਹੁੰਦੇ ਆ ਆਪਾਂ ਕਹਿਣੇ ਆ ਵੀ ਕੀੜੇ ਮਕਾੜੇ ਹਰ ਜਗ੍ਹਾ ਬਹੁਤ ਜ਼ਿਆਦਾ ਨਹੀਂ ਹਰ ਜਗ੍ਹਾ ਹੈਗੇ ਆ ਪਰ ਬਹੁਤ ਜ਼ਿਆਦਾ ਵਾਲੀਆਂ ਕੁਝ ਸਪੀਸੀਜ਼ ਨੇ ਮੈਨੀ ਇਨਸੈਕਟ ਸਪੀਸੀਜ਼ ਆਰ ਇਨ ਫ੍ਰੀਕੁਐਂਟਲੀ ਇਨਕਾਊਂਟਰਡ ਐਂਡ ਵੈਰੀ ਡਿਫਿਕਲਟ ਟੂ ਰੀਅਰ ਰੀਅਰ ਕਰਨਾ ਪਾਲਣਾ ਇਨ ਕੈਪਟਿਵਿਟੀ ਉਹਨਾਂ ਨੂੰ ਜਿਹੜਾ ਪਾਲਣਾ ਹੈਗਾ ਕੈਪਟਿਵਿਟੀ ਦੇ ਵਿੱਚ ਲੈਬ ਦੇ ਵਿੱਚ ਉਹ ਬਹੁਤ ਆਖਾ ਆ ਠੀਕ ਹੈ ਵਿਚ ਅਗੇਨ ਕੈਨ ਲੀਵ ਅਸ ਵਿਦ ਇਨਸਫੀਸ਼ੀਐਂਟ ਮਟੀਰੀਅਲ ਟੂ ਵਰਕ ਵਿਦ ਤਾਂ ਬੇਸਿਕਲੀ ਇਨਸੈਕਟ ਦੇ ਉੱਤੇ ਰਿਸਰਚ ਤੋਂ ਕਿਉਂ ਪਿੱਛੇ ਹਟ ਗਈ ਸੀ ਮੈਡੀਕਲ ਇੰਡਸਟਰੀ ਕਿਉਂਕਿ ਸਪੀਸੀਜ਼ ਬਹੁਤ ਜ਼ਿਆਦਾ ਆ ਤਾਂ ਉਸ ਡਾਇਵਰਸੀਫਿਕੇਸ਼ਨ ਤੋਂ ਇੱਕ ਸਪੈਸੀਫਿਕ ਸਪੀਸੀਜ਼ 'ਤੇ ਹਣਾ ਔਖਾ ਆ ਉਹਨਾਂ ਨੂੰ ਰੀਅਰ ਕਰਨਾ ਬਹੁਤ ਔਖਾ ਆ ਉਹਨਾਂ ਦਾ ਸਾਈਜ਼ ਬਹੁਤ ਸਮਾਲ ਆ ਹੁਣ ਦੇਖੋ ਇਹਨਾਂ ਨੇ ਸਾਈਜ਼ ਦੀ ਗੱਲ ਕੀਤੀ ਹੈਗੀ ਆ ਹਨਾ ਕਿ ਇਹ ਜਿਹੜੇ ਹੈਗੇ ਆ ਆ ਇਨਸੈਕਟ ਆਰ ਜਰਨਲੀ ਵੈਰੀ স্মॉल ਤਾਂ ਆ ਦੇਖੋ ਤੁਹਾਡੇ ਕੋਲੇ ਦੋ ਗੱਲਾਂ ਕਲੀਅਰ ਹੋ ਗਈਆਂ ਇੱਥੇ ਜਿਹੜੀ ਮੈਂ ਤੁਹਾਨੂੰ ਸਟਾਰਟਿੰਗ ਚ ਕੱਟ ਕਰਵਾਈ ਸੀ ਮੈਨੇਜੇਬਲ ਸਾਈਜ਼ ਮੈਨੇਜੇਬਲ ਸਾਈਜ਼ ਦੀ ਜਗ੍ਹਾ ਤੇ ਉੱਥੇ ਇਹਨਾਂ ਨੇ ਕੀ ਕਿਹਾ ਹੈਗਾ ਸਮਾਲਰ ਸਾਈਜ਼ ਤਾਂ ਇਹਦਾ ਮਤਲਬ ਆਪ ਆਪਸ਼ਨ ਸਾਡੇ ਕੋਲੇ ਇਨਕਰੈਕਟ ਹੋ ਗਈ ਹੁਣ ਆਪਾਂ ਦੇਖਣਾ ਹੈਗਾ ਕਿ ਇਹਦਾ ਕੀ ਪ੍ਰੋਬਲਮ ਹੈਗੀ ਆ ਹੁਣ ਦੇਖੋ ਰੀਜ਼ਨਸ ਵਾਈਟ ਇਟ ਇਜ਼ ਚੈਲੈਂਜਿੰਗ ਟੂ ਯੂਜ਼ ਇਨਸੈਕਟ ਰੀਜ਼ਨ ਦੱਸਦੇ ਉਹਨਾਂ ਨੇ ਤਿੰਨ ਕਾਰਨ ਦੱਸਿਆ ਹਣਾ ਤਾਂ ਆਪਾਂ ਕਿਹੜੇ ਪੈਰੇ 'ਚ ਗੱਲ ਕਰ ਰਹੇ ਹਾਂ ਐਫ ਪੈਰਾਗ੍ਰਾਫ ਦੇ ਵਿੱਚ ਗੱਲ ਕਰ ਰਹੇ ਹਾਂ ਆਓ ਕਿਰਾਜੇ ਨੈਕਸਟ ਦੇਖੋ ਰੈਫਰੈਂਸ ਚਲੋ ਨੈਕਸਟ ਸੈਲ ਦੇ ਹਨਾ ਜੇ ਮਾਈ ਕਲੀਗਸ ਐਂਡ ਆਈ ਐਟ ਦਿਸ ਐਵਰਸਵਿਥ ਯੂਨੀਵਰਸਿਟੀ ਤਾਂ ਸਾਡੇ ਕੋਲੇ ਕੀਵਰਡ ਤੇ ਆ ਗਿਆ ਹੁਣ ਸਾਨੂੰ ਪਤਾ ਲੱਗ ਗਿਆ ਸਾਨੂੰ ਕੀਵਰਡ ਲੱਭ ਗਿਆ ਤਾਂ ਅਸੀਂ ਫਿਲਨ ਦਾ ਬਲੈਂਕਸ ਨੂੰ ਵੀ ਲੁੱਕ ਆਫ ਲੁੱਕ ਫਾਰਵਰਡ ਕਰਨਾ ਸ਼ੁਰੂ ਕਰਨਾ ਹੈ ਠੀਕ ਆ ਇਨ ਯੂਕੇ ਹੈਵ ਡਵੈਲਪਡ ਐਨ ਅਪਰੋਚ ਵਿਚ ਵੀ ਯੂਜ਼ ਆਵਰ ਨੋਲੇਜ ਆਫ ਇਕੋਲੋਜੀ ਐਜ਼ ਅ ਗਾਈਡ ਟੂ ਟਾਰਗੇਟ ਆਵਰ ਐਫਰਟਸ ਸੋ ਬੇਸਿਕਲੀ ਉਹ ਕੀ ਕਰਨਾ ਚਾ ਰਹੇ ਆ ਜਿਹੜੀਆਂ ਡਾਈਵਰਸ ਸਪੀਸੀਜ਼ ਨੇ ਉਹਨਾਂ ਚੋਂ ਕੁਝ ਨੂੰ ਮੈਂ ਫਿਗਰ ਆਊਟ ਕਰਨ ਲਈ ਆਪਦੀ ਇਕੋਸਿਸਟਮ ਦੀ ਆਪਦੀ ਇਕੋਲੋਜੀ ਦੀ ਨੋਲੇਜ ਨੂੰ ਯੂਜ਼ ਕਰੂੰਗੀ ਕ੍ਰੀਏਚਰਸ ਥੈਟ ਆਰ ਪਾਰਟਿਕੂਲਰਲੀ ਇੰਟਰਸਟਿੰਗ ਅਸ ਆਰ ਦਾ ਮੈਨੀ ਇਨਸੈਕਟਸ that secrete powerful poison for subduing prey and keeping it fresh for future consumption there are even more insects that are, uh, that are masters of exploiting filthy habitats filthy gandhi habitats such as feces and carcasses where they are regularly challenged by ਥਾਊਜ਼ੈਂਡਸ ਆਫ ਮਾਈਕਰੋ ਆਰਗੇਨਿਜ਼ਮਸ ਮਤਲਬ ਉਹ ਗੰਦੀਆਂ ਜਗ੍ਹਾਵਾਂ ਤੇ ਰਹਿੰਦੇ ਆ ਜਿੱਥੇ ਬਹੁਤ ਜ਼ਿਆਦਾ ਮਾਈਕਰੋ ਆਰਗੇਨਿਜ਼ਮਸ ਨੇ ਥੀਸ ਇਨਸੈਕਟਸ ਹੈਵ ਹੈਵ ਮੈਨੀ ਐਂਟੀ ਮਾਈਕਰੋਬੀਅਲ ਕੰਪਾਊਂਡ ਫਾਰ ਡੀਲਿੰਗ ਵਿਦ ਪੈਥੀਨੋਜੈਨਿਕ ਬੈਕਟੀਰੀਆ ਫੰਗੀ ਸੁਜੈਸਟਡ ਥੈਟ देयर इज सर्टेनली पोटेंशियल टू फाउंड मेनी कंपाउंड्स दैट कैन सर्व और इंस्पायर न्यू एंटीबायोटिक्स ਤਾਂ ਬੇਸਿਕਲੀ ਉਹ ਕਹਿੰਦੇ ਵੀ ਅਸੀਂ ਜਿਹੜੇ ਕੀੜੇ ਲੱਭਨੇ ਉਹ ਉਦਾਂ ਦੇ ਕੀੜੇ ਲੱਭੀਏ ਜਿਹੜੇ ਬਹੁਤ ਗੰਦੀ ਥਾਂ ਤੇ ਰਹਿੰਦੇ ਆ ਕਿਉਂਕਿ ਉੱਥੇ ਬਹੁਤ ਜ਼ਿਆਦਾ ਮਾਈਕਰੋ ਆਰਗਨਿਜ਼ਮਸ ਨੇ ਜਿਹੜੇ ਹਾਰਮਫੁਲ ਨਹੀਂ ਤੇ ਇਹ ਕੀੜੇ ਉੱਥੇ ਸਰਵਾਈਵ ਕਰ ਰਹੇ ਆ that means ਇਹਨਾਂ ਦੀ ਬੋਡੀ ਦੇ ਵਿੱਚ ਕੁਝ ਐਦਾਂ ਦੀਆਂ ਐਂਟੀਬਾਡੀਜ਼ ਨੇ ਜਿਹੜੀਆਂ ਉਹਨਾਂ ਮਾਈਕਰੋ ਆਰਗਨਿਜ਼ਮਸ ਨੂੰ ਖਤਮ ਕਰਨੀਆਂ ਨੇ ਤਾਂ ਹੁਣ ਆਪਾਂ ਪਹਿਲਾਂ राजे ਫਿਲਿੰਦਾ ਬਲੈਂਕ ਤੇ ਚੱਲਦੇ ਆ ਰੋਜ਼ ਪਾਈਪਰ ਐਂਡ ਫੈਲੋ ਜੀਓਲੋਜੀਸ ਐਟ ਦਿਸ ਯੂਨੀਵਰਸਿਟੀ ਆਰ ਯੂਜ਼ਿੰਗ THEIR expertise in dash ਹੁਣ ਆਪਾਂ ਇੱਕੋ ਵਰਡ ਪੜਿਆ ਸੀ ਉਹਨਾਂ ਦੀ expertise ਕਾਦੇ ਚ ਹੈ ਜੇ ਤੁਸੀਂ ਮੈਨੂੰ ਧਿਆਨ ਨਾਲ ਸੁਣਿਆ ਹੋਵੇ ਤਾਂ ਤੁਹਾਨੂੰ ਯਾਦ ਹੋਊਗਾ ਇਕੋਲੋਜੀ ਦੇ ਵਿੱਚ when undertaking bioprospecting with insects they are especially interested in compounds that insects produce to overpower and preserve their dash ਕਿਹਨੂੰ ਆਪਾਂ ਕਹਿ ਰਹੇ ਸੀ ਓਵਰ ਪਾਵਰ ਕਰਨ ਵਾਸਤੇ ਤੇ ਪ੍ਰੀਜ਼ਰਵ ਕਰਨ ਵਾਸਤੇ ਇੱਥੇ ਦੇਖੋ ਪੜੋ ਫਰੈਸ਼ ਫਾਰ ਫਿਊਚਰ ਕੰਜ਼ਮਪਸ਼ਨ ਮਤਲਬ ਪ੍ਰੀਜ਼ਰਵ ਕਰਨਾ ਕਿਨੂੰ ਆ ਸਬਡਿਊ ਸਬਡਿਊ ਦਾ ਮਤਲਬ ਕੀ ਹੋ ਗਿਆ ਓਵਰ ਪਾਵਰ ਕਰਨਾ ਸਬਡਿਊ ਕਰਨਾ ਤੇ ਪ੍ਰੀਜ਼ਰਵ ਕਰਨਾ ਕਿਨੂੰ ਕਰ ਰਹੇ ਆ ਜੀ ਅਸੀਂ ਉਹਦੇ ਪ੍ਰੇ ਨੂੰ ਸ਼ਿਕਾਰ ਨੂੰ ਤਾਂ ਆਪਣੇ ਕੋਲ ਆਨਸਰ ਕੀ ਆ ਗਿਆ ਇਹਦਾ ਪ੍ਰੇ ওকে they are also interested in compounds which insect used to protect themselves from pathogenic bacteria a pure da pura as it is keyword ditta hoya raje and fungi found in their dash unna de kithe hun oh kithe he gaya found in their dash dash apan kinnu keh rahe hegeyan unna de habitats nu jithe oh reh rahe hegeya ਬੇਸਿਕਲੀ ਉਹ ਕੀ ਕਹਿਣਾ ਚਾਹੁੰਦੇ ਹੈਗੇ ਆ ਕਿ ਉਹਨਾਂ ਦੇ ਜਿਹੜੇ ਕਿਹੜੀ ਜਗ੍ਹਾ ਤੇ ਹੈਗੀ ਆ ਜਿੱਥੇ ਤਾਂ ਆਪਾਂ ਦੇਖਦੇ ਹੈਗੇ ਆ ਫਾਊਂਡ ਇਨ देयर ਡੈਸ਼ ਤਾਂ ਪਿੱਛੇ ਚੱਲਦੇ ਆਂ ਜੀ ਪੈਰਾਗ੍ਰਾਫ ਦੇ ਉੱਤੇ ਐਕਸਪਲੋਇਟਿੰਗ ਫਿਲਥੀ ਹੈਬੀਟੈਟ ਸਚ ਐਸ ਦਿਸ where they are regularly challenged by thousand of microorganisms example oh di ki ditti hai gi a pathogenic bacteria ta apa gall kithe kar rahe ha jithe oh reh rahe, rahe ha ta rehne de layi ohna ne word ki use kita haga habitats ਨੈਕਸਟ ਉਹਨਾਂ ਨੇ ਕੀ ਕਿਹਾ ਪਾਈਪਰ ਹੋਸਟ ਥੈਟ ðiਸ ਯੂਸਫੁਲ ਸਬਸਟੈਂਸਸ 威尔 ਯੂਸਫੁਲ ਇਨ ਡਿਵੈਲਪਮੈਂਟ ਆਫ ਡਰੱਗਸ ਸੱਚ ਐਸ ਐਗਜ਼ਾਮਪਲ ਕਿਦਾਂ ਦੀਆਂ ਡਰੱਗਸ ਦੀ ਉਹਨਾਂ ਨੇ ਗੱਲ ਕੀਤੀ ਹੈਗੀ ਆ ਤਾਂ ਇੱਥੋਂ ਪੜੋ ਸਜੈਸਟਿੰਗ ਥੈਟ ਥੇਅਰ ਇਜ਼ ਸਰਟਨਲੀ ਪੋਟੈਂਸ਼ੀਅਲ ਟੂ ਫਾਈਂਡ ਪੋਟੈਂਸ਼ੀਅਲ ਹੈਗੀ ਆ ਫਾਈਂਡ ਕਰਨ ਦੀ ਮੈਨੀ ਕੰਪਾਊਂਡਸ ਥੈਟ ਕੈਨ ਸਰਵ অর ਇਨਸਪਾਇਰ ਨਿਊ ਡੈਸ਼ ਐਂਟੀਬਾਇਓਟਿਕਸ ਐਂਟੀਬਾਇਓਟਿਕਸ ਕਿਹੜੀਆਂ ਹੋਗੀਆਂ ਜਿਹੜੀਆਂ ਤੁਹਾਨੂੰ ਹਾਰਮਫੁਲ ਉਹਦੇ ਤੋਂ ਬਚਾਉਂਦੀਆਂ ਨੇ ਆ ਆਪਾਂ ਕਹਿ ਸਕਦੇ ਹੈਗੇ ਆ ਹਾਰਮਫੁਲ ਮਾਈਕਰੋ ਆਰਗਨਿਜ਼ਮਸ ਕਹ ਲਓ ਯਾਰ ਵਾਇਰਸਿਸ ਦਰ ਇਗਜ਼ੈਕਟ ਵਰਡ ਇਸ ਓਕੇ ਹੁਣ ਆਪਣੇ ਕੋਲੇ ਰਹਿ ਗਏ ਦੋ ਪੈਰਾਗ੍ਰਾਫ ਤੇ ਕੁਐਸਚਨ ਆਪਣੇ ਕੋਲੇ ਇੱਕ ਤਾਂ ਰਹਿ ਗਏ ਮੇਰੇ ਖਿਆਲ ਚ ਇਹਦੇ ਚੋਂ ਦੋ ਕਿੱਕ ਰਹਿ ਗਿਆ ਇਹਦੇ ਚੋਂ ਆਪਣਾ ਇੱਕ ਦੋ ਰਹਿ ਕੇ ਹਾਓ ਰੀਸੈਂਟ ਟੈਕਨੋਲੋਜੀ ਐਡਵਾਂਸਸ ਦੂਜਾ ਰਹਿ ਗਿਆ ਰੈਫਰੈਂਸ ਟੂ ਹਾਓ ਇੰਟਰਸਟ ਇਨ ਡਰਗ ਰਿਸਰਚ ਮੇ ਬੈਨੀਫਿਟ ਟੂ ਵਾਈਲਡ ਲਾਈਫ ਠੀਕ ਹੈ ਤੇ ਇੱਕ ਥੱਲੇ ਰਹਿ ਗਿਆ ਕਿ ਕਿਉਂ ਇੰਟਰਸਟਿੰਗ ਹੈਗੇ ਆ ਲੋਕ ਇਹਦੇ ਚ ਓਕੇ ਸੋ ਪੜਦੇ ਆ ਜੀ ਨੈਕਸਟ ਪੈਰਾਗ੍ਰਾਫ ਐਚ although natural history knowledge point us in the right direction it doesn't solve the problems associated with obtaining useful compounds from the insects to kehnde sanu helpful nahi kar rahe ki asi kithda useful compounds nu obtain kariye get kariye kade to insects de utton fortunately it is now possible to snip out stretches of insects dna dna vaase ohna ne word use kita si main tonu dassaya bhi si genome ਤਾਂ ਆਪਾਂ ਕੀ ਕਰ ਰਹੇ ਹੈਗੇ ਆ ਆਪਾਂ ਸਟ੍ਰੈਚਸ ਆਫ ਇਨਸੈਕਟਸ ਡੀਐਨਏ ਆਪਾਂ ਉਹਦੇ ਡੀਐਨਏ ਦੇ ਪਾਰਟ ਨੂੰ ਯੂਜ਼ ਕਰ ਰਹੇ ਆ दैट ਕੈਰੀ ਕੋਡਸ ਫਾਰ ਦਾ ਇੰਟਰਸਟਿੰਗ ਕੰਪਾਊਂਡਸ ਐਂਡ ਇਨਸਰਟ ਥੈਮ ਇਨਟੂ ਸੈਲ ਲਾਈਨਸ दैट ਅਲਾਉ ਲਾਰਜਰ ਕੁਆਂਟੀਟੀਆਂ ਟੂ ਬੀ ਪ੍ਰੋਡਿਊਸ ਤਾਂ ਬੇਸਿਕਲੀ ਜੀਨੋਮ ਕੈਰੀ ਕੀਤਾ ਉਹਨੂੰ ਕਿਸੇ ਹੋਰ ਮਾਈਕਰੋ ਆਰਗਨਿਜ਼ਮ ਦੇ ਵਿੱਚ ਇਨਸਰਟ ਕੀਤਾ ਸੈਲ ਚ ਤਾਂ ਕਿ ਸਾਡੇ ਕੋਲੇ ਜਿਹੜਾ ਰਿਜ਼ਲਟੈਂਟ ਕੰਪਾਊਂਡ ਆ ਉਹ ਮਲਟੀਪਲਾਈ ਹੋ ਕੇ ਪੋਸੀਬਲੀ ਆ ਜਾਵੇ and although the road for isolating and characterizing compound with the desirable quantity to develop a commercial product is very long, oh, can they keep he challenging full of pitfalls, mushkalani, which the variety of successful animal-derived pharmaceutical on the market demonstrate, there is precedent here. that is worth exploring ਤਾਂ बेसिकली ਉਹ ਕਹੀ ਕਹਿ ਰਹੇ ਆ ਕਿ ਭਾਵਾਂ ਕਿ ਇਹਦੇ ਜੈਨੋਮ ਤੋਂ ਯੂਜ਼ ਕਰਕੇ ਡੀਐਨਏ ਨੂੰ ਯੂਜ਼ ਕਰਕੇ ਇਹਦੇ ਤੋਂ ਡਰੱਗ ਬਣਾਉਣਾ ਬਹੁਤ ਔਖਾ ਆ ਪਰ ਸਾਨੂੰ ਪਤਾ ਇਹ ਪੋਸੀਬਲ ਆ ਕਿਉਂਕਿ ਬਹੁਤ سارے ਲੋਕ ਪਹਿਲਾਂ ਇਹ ਕਰ ਚੁੱਕੇ ਆ ਤਾਂ ਇੱਥੇ ਦੇਖੋ ਇਟ ਇਜ਼ ਨਾਓ ਪੋਸੀਬਲ ਨਾਓ ਪੋਸੀਬਲ ਮਤਲਬ ਹੁਣ ਪੋਸੀਬਲ ਹੈਗਾ ਕੀ ਕਰਨਾ ਇਨਸੈਕਟਸ ਦੇ ਡੀਐਨਏ ਨੂੰ ਬਾਹਰ ਕੱਢ ਕੇ ਯੂਜ਼ ਕਰਨਾ ਤਾਂ ਇੱਥੇ ਦੇਖੋ ਆਪਣੇ ਕੋਲੇ ਕੀ ਕੀ ਰਹਿ ਗਿਆ ਤੇ ਸੇਮ ਬੇਸ ਤੇ ਆ ਤਾਂ ਆਪਣੇ ਕੋਲੇ ਹਾਓ ਰੀਸੈਂਟ ਟੈਕਨੋਲੋਜੀਕਲ ਐਡਵਾਂਸਸ ਹਵ ਮੇਡ ਇਨਸੈਕਟ ਰਿਸਰਚ ਈਜ਼ੀਅਰ ਹਾਓ ਟੂ ਐਕਸਟ੍ਰੈਕਟ ਡੀਐਨਏ ਪੁੱਟ ਇਨਟੂ ਅਨਦਰ ਸੈਲ ਐਂਡ ਇਨਕਰੀਸ ਦਾ ਕੁਆਂਟੀਟੀ 댓 ਮੀਨਸ ਆਪਣੇ ਕੋਲੇ ਇਸ ਪੈਰੇ ਦੇ ਵਿੱਚ ਇਹਦਾ ਆਨਸਰ ਹੈਗਾ ਪੈਰਾ ਕਿਹੜਾ ਹੈਗਾ ਆਪਣੇ ਕੋਲੇ ਨੰਬਰ ਪੈਰੇ ਦਾ ਐਚ ओके ਥੱਲੇ ਆਪਣੇ ਕੋਲੇ ਰਹਿ ਗਏ ਸੀਗੇ ਪੁਆਇੰਟਸ ਦੇਖੋ ਇਹਦੇ ਚੋਂ ਸਿਮਿਲੈਰਿਟੀ ਬਿਟਵੀਨ ਡਿਫਰੈਂਟ ਸਪੀਸੀਜ਼ ਆਫ ਇਨਸੈਕਟ ਸਪੀਸੀਜ਼ ਵਾਲਾ ਪੈਰਾ ਆਪਾਂ ਪੜ ਚੁੱਕੇ ਆਂ ਸਿਮਿਲੈਰਿਟੀ ਦੀ ਗੱਲ ਨਹੀਂ ਕੀਤੀ ਦ ਪੋਟੈਂਸ਼ੀਅਲ ਟੂ ਐਕਸਟ੍ਰੈਕਟ ਐਂਡ ਮੇਕ ਯੂਜ਼ ਆਫ ਇਨਸੈਕਟਸ ਜੈਨੇਟਿਕ ਕਾਊਡਸ ਐਸ ਇਟ ਇਜ਼ ਦੱਲ ਕੀਤੀ ਹੋਈ ਆ ਪੋਟੈਂਸ਼ੀਅਲ ਕੀ ਹੈਗਾ ਸਾਡੇ ਕੋਲੇ ਪੋਸਿਬਿਲਿਟੀ ਹੈਗੀ ਆ ਜਿਹੜੀ ਕਿ ਉਹਨਾਂ ਨੇ ਐਚ ਪੈਰਾਗ੍ਰਾਫ ਚ ਸਾਨੂੰ ਦੱਸ ਚੁੱਕੇ ਆ ਕਿ ਅਸੀਂ ਉਹਨਾਂ ਦੇ ਡੀਐਨਏ ਤੋਂ ਜਿਹੜੇ ਹੈਗੇ ਆ ਯੂਸਫੁਲ ਕੰਪਾਊਂਡਸ ਨੂੰ ਐਕਸਟ੍ਰੈਕਟ ਕਰ ਸਕਦੇ ਆ ਉਹਨਾਂ ਨੂੰ ਜਿਹੜਾ ਵਧਾ ਸਕਦੇ ਆ ਐਂਡ ਯੂਸਫੁਲ ਕਰ ਸਕਦੇ ਆ ਫਾਰ ਕਮਰਸ਼ੀਅਲ ਜਿਹੜਾ ਹੈਗਾ ਪਰਪਸਸਸ ਤਾਂ ਹੁਣ ਤੁਹਾਡੇ ਕੋਲੇ ਇੱਕ ਰਹਿ ਗਿਆ ਹਨਾ ਤਾਂ ਆਈ ਇਹਦੀ ਆਪਸ਼ਨ ਆਊਗੀ ਦੇਖ ਲੈਣੇ ਕਿੱਦਾਂ ਆਊਗੀ ਠੀਕ ਆ ਸੋ ਨੈਕਸਟ ਹੈਗਾ ਵਿਦ ਏਵਰੀ ਬੈਟ ਆਫ ਵਾਈਲਡਰਨੈਸ दट ਡਿਸ ਅਪੀਅਰ ਵੀ ਡਿਪਰਾਈਵ ਔਰ ਸੈਲਫ ਆਫ ਪੋਟੈਂਸ਼ੀਅਲ ਮੈਡੀਸਨਸ ਉਹ ਕਹਿੰਦੇ ਹਰ ਕੋਈ ਵਾਈਲਡਰਨੈਸ ਵਾਈਲਡਰਨੈਸ ਕੀ ਹੋ ਗਿਆ ਉਹ ਵਾਈਲਡ ਸਪੀਸੀਜ਼ ਨੂੰ ਕਹਿ ਰਹੇ ਆ ਉਹ ਕਹਿੰਦੇ ਕੋਈ ਵੀ ਵਾਈਲਡ ਸਪੀਸੀਜ਼ ਜਿਹੜੀ ਡਿਸ ਅਪੀਅਰ ਹੋ ਰਹੀ ਆ ਸਾਡੇ ਕੋਲੇ ਉਹਦੇ ਤੋਂ ਪੋਟੈਂਸ਼ੀਅਲ ਮੈਡੀਸਨ ਬਣਾਉਣ ਦਾ ਚਾਂਸ ਡਿਪਰਾਈਵ ਹੋ ਗਿਆ ਚਲਿਆ ਗਿਆ As much as I'd love to help develop a ground-breaking insect-derived medicine, help is My main motivation for looking at insects in this way is conservation. the basically, research college is protecting the species. I sincerely believe that all species, however small and seemingly insignificant, seemingly, have right to exist for their own sake. if we can shite a line on the dark uh, recesses of nature's medicine cabinet, exploring the useful chemistry most diverse animals on the planet, i believe we can make people think differently about the value of nature. basically, ਲੋਕਾਂ ਨੂੰ ਇਨਸਪਾਇਰ ਕਰ ਸਕਦੇ ਆ ਇਹਨਾਂ ਨੂੰ ਪ੍ਰੀਜ਼ਰਵ ਕਰਨ ਵਾਸਤੇ that was what he was saying in the i paragraph now we come to the part where i give you an important tip tip ਕੀ ਹੈ ਰਾਜੇ ਕੀਵਰਡ ਤੁਸੀਂ ਹੈਬਿਟ ਬਣਾਓ ਇੱਕ ਸੈਂਟੈਂਸ ਦੇ ਵਿੱਚ ਮੈਕਸਿਮਮ ਮੈਂ ਦੋ ਤੋਂ ਤਿੰਨ ਵਰਡਸ ਹੀ ਹਾਈਲਾਈਟ ਕਰਨੇ ਆ ਪੂਰੀ ਦੇ ਥੱਲੇ ਲਾਈਨ ਨਹੀਂ ਮਾਰਨੀ ਔਰ ਦੋ ਤੋਂ ਤਿੰਨ ਉਹ ਵਰਡ ਮੇਰੇ ਚਿਆਦ ਹੋਣੇ ਚਾਹੀਦੇ ਆ ਜਿੱਦਾਂ ਮੈਂ ਪੰਜ ਸਟੇਟਮੈਂਟਸ ਪਹਿਲਾਂ ਅੰਡਰਲਾਈਨ ਕੀਤੀਆਂ ਜਦੋਂ ਵੀ ਮੈਂ ਉਹਦੇ ਨਾਲ ਰਿਲੇਟਡ ਕੰਟੈਂਟ ਪੜ੍ਹਦੀ ਸੀ ਮੈਂ ਤੁਹਾਨੂੰ ਨਾਲ ਹੀ ਲੈ ਕੇ ਜਾਂਦੀ ਸੀ ਕਿ ਆਪਾਂ ਨੂੰ ਆਹ ਗੱਲ ਜਿਹੜੀ ਹੈਗੀ ਆ ਉਹਨਾਂ ਨੇ ਦੱਸੀ ਆ ਸੋ that means you need to develop a habit of remembering things ਹੁਣ ਦੇਖੋ ਮੈਂ ਪਿਛਲੇ 5 ਪੈਰਾਗ੍ਰਾਫ ਦਾ ਤੁਹਾਨੂੰ ਆਰਡਰ ਦੱਸਿਆ ਤੁਹਾਨੂੰ ਚੇਤੇ ਆ ਕਿ ਕਿਹੜੇ ਪੈਰਾਗ੍ਰਾਫ ਦੇ ਆਰਡਰ ਦੇ ਵਿੱਚ ਗੱਲ ਚੱਲ ਰਹੀ ਆ ਤੁਹਾਨੂੰ ਪੈਰਾਗ੍ਰਾਫ ਦੀ ਆਰਡਰਿੰਗ ਕਿਦਾਂ ਸਾਡੀ ਸਟੋਰੀ ਪ੍ਰੋਸੀਡ ਕਰ ਰਹੀ ਆ ਉਹਦੇ ਨਾਲ ਕੀ ਆ ਰਾਜੇ ਕਿ ਜੇ ਤੁਹਾਡਾ ਕੋਈ ਕੁਐਸਚਨ ਸਕਿਪ ਹੋ ਗਿਆ ਤਾਨੂੰ ਇੱਕ ਆਈਡੀਆ ਹੋ ਜਾਊਗਾ ਕਿ ਇਹਨੂੰ ਮੈਂ ਕਿੱਥੇ ਲੱਭ ਸਕਦੀ ਹਾਂ ਕਿਹੜੇ ਪੈਰਾਗ੍ਰਾਫ ਚ ਪੋਸਿਬਿਬਲੀ ਇਹ ਮੈਨੂੰ ਮਿਲ ਸਕਦਾ ਮੰਨ ਲਓ ਉਹਨਾਂ ਨੇ ਮੈਨੂੰ ਗੱਲ ਕੀਤੀ ਆ ਕੀ ਕੋਈ ਐਗਜ਼ਾਮਪਲ ਹੈਗੀ ਆ ਜਿੱਥੇ ਮੇਰੇ ਕੋਲੇ ਮੈਡੀਸਨ ਦੀ ਗੱਲ ਹੋ ਰਹੀ ਹੈ ਜਿਹੜੀਆਂ ਡਿਵੈਲਪ ਹੋਈਆਂ ਤਾਂ ਉੱਥੇ ਤੁਹਾਨੂੰ ਸਿਟਿਜ਼ ਦੀ ਉਹਨਾਂ ਐਗਜ਼ਾਮਪਲ ਐਜ਼ ਇਟ ਇਜ਼ ਦਿੱਤੀ ਹੋ ਔਰ ਇਜ਼ ਯੂਜ਼ਡ ਚ ਦੱਸਿਆ ਕੀਤੀਆਂ ਜਾ ਰਹੀਆਂ ਨੇ 댓 ਮੀਨਸ ਉਹ ਪੈਰਾਗ੍ਰਾਫ ਜਿਹੜਾ ਬੰਦਾ ਪੜ੍ਹੂਗਾ ਉਹਨੂੰ ਇੰਨਾ ਆਈਡੀਆ ਹੈਗਾ ਥੱਲੇ ਉਹਨਾਂ ਨੇ ਕੀ ਕਿਹਾ ਸੀ ਕਿ ਕੈਂਸਰ ਦੇ ਉੱਤੇ ਇਹਦੀ ਰਿਸਰਚ ਚੱਲ ਰਹੀ ਆ ਤਾਂ ਹੋ ਸਕਦਾ ਮੈਨੂੰ ਉਹਨਾਂ ਨੇ ਕੋਈ ਕੁਐਸਚਨ ਕੀਤਾ ਹੁੰਦਾ ਕਿ ਕਿਤੇ ਪੋਟੈਂਸ਼ੀਅਲ ਰਿਸਰਚ ਚੱਲ ਰਹੀ ਆ ਤਾਂ ਉੱਥੇ ਮੈਨੂੰ ਆਈਡੀਆ ਆ ਜਿੱਥੇ ਹੋਈ ਆ ਹੋ ਸਕਦਾ ਉਹਦਾ ਫਿਊਚਰ ਦੱਸਿਆ ਹੋਵੇ 댓 ਮੀਨਸ ਯੂ ਨੀਡ ਟੂ ਰਿਮੈਂਬਰ ਦ ਸੀਕਵੈਂਸਿੰਗ ਕਿਹੜੇ ਤਰੀਕੇ ਨਾਲ ਸਾਡੀ ਕਹਾਣੀ ਚੱਲ ਰਹੀ ਆ ਪੈਰ ਨੂੰ ਇਦਾਂ ਨਾ ਪੜੋ ਕਿ ਤੁਸੀਂ ਕੈਮਿਸਟਰੀ ਪੜ ਰਹੇ ਹੋ ਯਾ ਤੁਸੀਂ ਫਿਰ ਸਿਕਸ ਪੜ ਰਹੇ ਹੋ ਕਿ ਤੁਹਾਡੇ ਤੋਂ ਚੀਜ਼ਾਂ ਲਿੰਕ ਆਪਣੀ ਹੋ ਰਹੀਆਂ ਪੈਰੇ ਨੂੰ ਇਸ ਤਰ੍ਹਾਂ ਪੜੋ ਕਿ ਤੁਸੀਂ ਸਟੋਰੀ ਪੜ ਰਹੇ ਹੋ ਤੇ ਤੁਹਾਡੀ ਕਹਾਣੀ ਅੱਗੇ ਫਾਰਵਰਡ ਕਰ ਰਹੀ ਹੈ ਤਾਂ ਆਹ ਪੈਰਾਗ੍ਰਾਫਸ ਹੋਣਾ ਇੱਕ ਵਾਰ ਤੁਸੀਂ ਐਕਸਪਲੇਨੇਸ਼ਨ ਸੋਨਲੀ ਹੈਗੀ ਆ ਐਂਡ ਆਮ ਸ਼ੋਰ ਕਿ ਇਦਾਂ ਦਾ ਪੈਰਾ ਤੁਹਾਨੂੰ ਪੇਪਰ 'ਚ ਆ ਗਿਆ ਤੁਹਾਨੂੰ ਇੰਨਾ ਈਜ਼ੀ ਲੱਗਣਾ ਕਿਉਂਕਿ ਤੁਹਾਨੂੰ ਕਹਾਣੀ ਬਣਾਉਣੀ ਆ ਗਈ ਇਟ ਇਜ਼ ਇੰਪੋਰਟੈਂਟ ਫॉर ਯਰ ਰਾਈਟ ਆਈ'ਡ ਸੇ ਸਾਰੇ ਮੋਡਿਊਲਸ ਦੇ ਵਿੱਚ ਸਪੀਕਿੰਗ ਚ ਕਹਾਣੀ ਬਣਾਉਣੀ ਤੁਹਾਨੂੰ ਕਯੂ ਕਾਰਡ ਚ ਆਉਣੀ ਚਾਹੀਦੀ ਆ ਰਾਈਟਿੰਗ ਚ ਏਸੇਚ ਆਪਦੀ ਗੱਲ ਕਹਾਣੀ ਦੇ ਥਰੂ ਪ੍ਰੂਵ ਕਰਨੀ ਐਗਜ਼ਾਮਪਲ ਦੇ ਕੇ ਪ੍ਰੂਵ ਕਰਨੀ ਤੁਹਾਨੂੰ ਆਉਣੀ ਚਾਹੀਦੀ ਆ ਰੀਡਿੰਗ ਦੇ ਵਿੱਚ ਜੋ ਪੜ ਰਹੇ ਹੋ ਉਹਦੀ ਕਹਾਣੀ ਬੰਨੀ ਚਾਹੀਦੀ ਆ ਸੋ ਇਟ ਇਜ਼ ਇੰਪੋਰਟੈਂਟ ਕਿ ਇਹਨੂੰ ਤੁਸੀਂ ਇਦਾਂ ਲਓ ਜਿ세 ਸਮਥਿੰਗ ਇਜ਼ ਇੰਟਰਸਟਿੰਗ ਥੈਟ ਆਈ ਵਾਂਟ ਟੂ ਰੀਡ ਭਾਵੇਂ ਕਿ ਮੈਨੂੰ ਇਸ ਸੈਕਟ ਚ ਕੋਈ ਵੀ ਇੰਟਰਸਟ ਨਹੀਂ ਹੈਗਾ ਸੋ ਥਿਸ ਇਜ਼ 올 ਫਾਰ ਟੂਡੇ ਇਨ ਕੇਸ ਯੂ ਕਮ ਅਕ੍ਰੋਸ ਐਨੀ ਡਾਊਟ ਪਲੀਜ਼ ਰਾਈਟ ਡਾਊਨ ਇਟ ਇਨ ਦਾ ਕਮ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ዱ ਸਬਸਕ੍ਰਾਈਬ ਦਾ ਚੈਨਲ ਬਿਕਾਉਜ਼ ਇਟ ਹੈਲਪ ਅਸ ਐਂਡ ਮੋਟੀਵੇਟ ਅਸ ਟੂ ਮੇਕ ਮੋਰ ਵੀਡੀਓਜ਼ ਲਾਈਕ ਥਿਸ ਥੈਂਕ ਯੂ ਐਵਰੀਬਾਡੀ